ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੈਲ ਯੂਐਸਏ ਟੀਵੀ ਮੈਂ ਬਰਨ ਕੌਰ ਮਾਨ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਮੈਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਪਹਿਲੀ ਖਬਰ ਦੀ ਸ਼ੁਰੂਆਤ ਕਰਦੇ ਆਪਾਂ ਅ ਦੇਖੋ ਇਟਲੀ ਬ੍ਰਿਟੇਨ ਅਮਰੀਕਾ ਕੈਨੇਡਾ ਇਹਨਾਂ ਸਾਰੇ ਦੇਸ਼ਾਂ ਨੇ ਅਫਰੀਕੀ ਦੇਸ਼ ਨੇ ਜਿਹੜੇ ਉੱਥੋਂ ਦੇ ਜਿੰਨੇ ਵੀ ਚਾਹੇ ਵਿੱਚ ਜ਼ਿੰਬਾਬਵੇ ਵੀ ਆਉਂਦਾ ਹੈ ਜਾਂ ਹੋਰ ਵੀ ਦੇਸ਼ ਆਉਂਦੇ ਨੇ ਸਾਰਿਆਂ ਦੇ ਉੱਤੇ ਇੰਟਰਨੈਸ਼ਨਲ ਫਲਾਈਟਸ ਤੇ ਪਾਬੰਦੀ ਲਗਾ ਦਿੱਤੀ ਹੈ। ਹਮਮ ਔਰ ਸਖਤ ਕਾਨੂੰਨ ਲਾਗੂ ਕਰ ਦਿੱਤੇ ਨੇ ਕਿ ਕੋਈ ਵੀ ਫਲਾਈਟ ਜਿਹੜੀ ਆ ਉਹਦੇ ਲਈ ਆਉਣ ਜਾਣ ਦੇ ਲਈ ਸਾਰਾ ਜਿਹੜੇ ਨਿਯਮ ਹੈ ਤੈਅ ਕਰ ਦਿੱਤੇ ਗਿਆ। ਪਾਬੰਦੀ ਲਗਾ ਦਿੱਤੀ ਕਿ ਇੰਟਰਨੈਸ਼ਨਲ ਫਲਾਈਟਸ ਇੰਟਰਨੈਸ਼ਨਲ ਜਿਹੜੇ ਪੈਸੈਂਜਰਸ ਨੇ ਉਹਨਾਂ ਕੰਟਰੀਸ ਤੋਂ ਨਹੀਂ ਆਉਣਗੇ। ਦੱਖਣੀ ਅਫਰੀਕਾ ਬਲਕਿ ਉੱਥੇ ਇੱਕ ਨਵਾਂ ਵੇਰੀਐਂਟ ਆ ਗਿਆ ਹੈ ਕਰੋਨਾ ਦਾ, ਓਮਿਕਰੋਨ। ਓਮਿਕਰੋਨ ਕਰਕੇ ਇਹ ਨਵਾਂ ਰੂਲ ਪਾਸ ਕੀਤਾ ਹੈ। ਹਮ ਸੋ ہے تا بڑا ڈیفیکلٹ بڑی اداسی والی گل ہے بڑی فکر والی گل ہے کہ چھٹکارا ہی نہیں ملدا پیا کرونا ਕੋਲ ਕਿਉਂਕਿ ਅਸੀਂ ਸਮਝੇ ਸੀਗੇ ਕਿ ਹੁਣ ਸਭ ਕੁਝ ਖੁੱਲਣ ਜਾ ਰਿਹਾ ਹੈ ਹੁਣ ਸਭ ਕੁਝ کنٹرول ਹੋ ਗਿਆ ਹੈ ਵੈਕਸੀਨੇਸ਼ਨ ਵੀ ਆ ਗਈ ਹੈ ਦੋ ਵੈਕਸੀਨੇਸ਼ਨਸ ਤੋਂ ਬਾਅਦ ਬੂਸਟਰ ਵੀ ਆ ਗਿਆ ਹੈ ਜੋ ਆਫਟਰ 6 ਮੰਥਸ ਲਗਵਾਉਣਾ ਹੈ ਹੁਣ ਤੱਕ ਕਰੋਨਾ ਨੂੰ ਆਪਾਂ ਨੱਪ ਲਿਆ ਹੁਣ ਤੇ ਕਰੋਨਾ ਖਤਮ ਕਰ ਦਿੱਤਾ ਪਰ ਇਹ ਨਵਾਂ ਵੈਰੀਐਂਟ ਹੁਣ ਪਤਾ ਨਹੀਂ ਇਸ ਮੁਸੀਬਤ ਤੋਂ ਕਦੋਂ ਛੁਟਕਾਰਾ ਮਿਲੂ ਉਧਰ ਜਾਨਵਰਾਂ ਵਿੱਚ ਵੀ ਫੈਲ ਗਿਆ ਹੈ ਤਾਂ ਵੀ ਇਨਸਾਨ ਨੂੰ ਖਤਰਾ ਹੈ ਮਤਲਬ ਇਸ ਖਤਰੇ ਤੋਂ छुटकारा ਕਿਵੇਂ ਹੋਏਗਾ ਉਸ ਤੋਂ ਬਾਅਦ ਮਾਹੌਲ ਦੇਖੋ ਜੋ ਪੂਰੀ ਦੁਨੀਆ ਦਾ ਬਣਿਆ ਪਿਆ ਹੈ ਹਰ ਬੰਦਾ ਡਰਦਾ ਹੈ ਨਾਲ ਇਕਨੋਮੀ ਦਾ ਜੋ ਹਾਲ ਹੈ ਕਾਰੋਬਾਰ ਠੱਪ ਪਏ ਹੋਏ ਨੇ ਹੁਣ ਕੁਝ ਨਹੀਂ ਸਮਝ ਆ ਰਿਹਾ ਕਿ ਜ਼ਿੰਦਗੀ ਇਨਸਾਨੀ ਜ਼ਿੰਦਗੀ ਦਾ ਕੀ ਬਣੂਗਾ ਇਹ ਹੋਣ ਦਾ ਸਵਾਲ ਹੈ ਸਰਵਾਈਵਰ ਦੀ ਗੱਲ ਆ ਚੁੱਕੀ ਹੈ ਔਰ ਦੂਸਰੀ ਖਬਰ ਲੈਣਿਆਂ ਕਿ ਆਸਟ੍ਰੇਲੀਆ ਦੇ ਵਿੱਚ ਕਾਫੀ ਟਾਈਮ ਤੋਂ ਬਾਰਡਰ ਬੰਦ ਪਏ ਰਹੇ ਔਰ ਆਸਟ੍ਰੇਲੀਆ ਦੇ ਉੱਤੇ ਪੂਰੀ ਦੁਨੀਆ ਦਾ ਧਿਆਨ ਸੀ ਕਦੋਂ ਬਾਰਡਰ ਖੁੱਲਦੇ ਨੇ ਹੌਲੀ-ਹੌਲੀ ਬਾਰਡਰ ਖੁੱਲ ਰਹੇ ਨੇ ਤੇ ਹੁਣ ਇੱਕ ਚੰਗੀ ਖਬਰ ਆਈ ਹੈ ਕਿ 2022 ਦੇ ਵਿੱਚ ਸਟੱਡੀ ਵੀਜ਼ਾ ਜਿਹੜੇ ਵਿਦਿਆਰਥੀ ਜਾਣਾ ਚਾਹੁੰਦੇ ਨੇ ਆਸਟ੍ਰੇਲੀਆ ਪੜ੍ਹਨ ਦੇ ਲਈ ਉਹਨਾਂ ਦੇ ਲਈ ਸਟੱਡੀ ਵੀਜ਼ਾ ਖੁੱਲ ਰਿਹਾ ਹੈ ਔਰ ਕਾਫੀ ਜ਼ਿਆਦਾ ਵਿਦਿਆਰਥੀਆਂ ਨੂੰ ਚਾਂਸ ਮਿਲੇਗਾ 2022 ਤੱਕ ਆਸਟ੍ਰੇਲੀਆ ਜਾ ਕੇ ਪੜ੍ਹਨ ਦਾ ਕੈਨੇਡਾ ਨੇ ਰਿਕਾਰਡ ਕਾਇਮ ਕਰਨਾ ਹੈ ਪਹਿਲਾਂ ਅਮਰੀਕਾ ਜਾਂਦੇ ਸੀ ਕਿਉਂਕਿ ਅਮਰੀਕਾ ਹਬ ਸੀ ਸ਼ੁਰੂ ਤੋਂ ਹੀ ਸਟੂਡੈਂਟਸ ਵਾਸਤੇ ਅਟਰੈਕਸ਼ਨ ਦਾ ਕਾਰਨ ਸੀ ਫਿਰ ਕੈਨੇਡਾ ਆ ਗਿਆ ਕੈਨੇਡਾ ਵਿੱਚ ਵੀ ਕਾਫੀ ਸਟੂਡੈਂਟਸ ਗਏ ਨੇ ਔਰ ਉਸ ਤੋਂ ਬਾਅਦ ਜਰਮਨੀ ਨੇ ਵੀ ਇਸ ਚੀਜ਼ ਦੀ ਓਪਰਚੁਨਿਟੀ ਦਿੱਤੀ ਹੈ ਸਾਡੇ ਭਾਰਤ ਦੇ ਸਟੂਡੈਂਟਸ ਨੂੰ ਔਰ ਨਾਲ ਹੁਣ ਆਸਟ੍ਰੇਲੀਆ ਗੱਲ ਇਹ ਹੈ ਕਿ ਉੱਥੇ ਨਾ ਕੋਈ ਸਕਿਲਡ ਵਰਕਰਸ ਉਸ ਤਰ੍ਹਾਂ ਦੇ ਨਹੀਂ ਹੈਗੇ ਜੋ ਯੰਗ ਸ਼ੋਲਡਰਸ ਹੋਣੇ ਚਾਹੀਦੇ ਨੇ ਇੱਥੇ ਹੈਗੇ ਨੇ ਕਿਉਂਕਿ ਯੰਗ ਇੰਡੀਆ ਹੈ ਜ਼ਿਆਦਾ ਜਨਰੇਸ਼ਨ ਯੰਗ ਹੈ ਸਾਡਾ ਸਭ ਤੋਂ ਪਲੱਸ ਪੁਆਇੰਟ ਹੈ ਸਾਡੀ ਪੋਪੂਲੇਸ਼ਨ ਔਰ ਪopulation ਯੰਗ ਹੈ ਇਸ ਕਰਕੇ ਇਹ ਵਰਡ ਮਾਰਕੀਟ ਨੂੰ ਸਭ ਤੋਂ ਜ਼ਿਆਦਾ ਸੂਟੇਬਲ ਪਲੇਸ ਲੱਗਦਾ ਹੈ ਜਿੱਥੇ ਉਹ ਸਕਿਲਫੁਲ ਵਰਕਰਸ ਲੈ ਸਕਦੇ ਨੇ ਸਕਿਲਫੁਲ ਟੈਲੈਂਟ ਲੈ ਸਕਦੇ ਨੇ ਸੋ ਇਸ ਕਰਕੇ ਉਹ opportunity ਦਿੰਦੇ ਨੇ ਸੋ ਗੁੱਡ ਨਿਊਜ਼ ਫਾਰ ਇੰਡੀਅਨ ਸਟੂਡੈਂਟਸ ਕੇ ਆਸਟ੍ਰੇਲੀਆ ਜਾਣਗੇ ਉੱਥੇ ਪੜਨਗੇ ਫਿਰ ਉਸ ਤੋਂ ਬਾਅਦ ਸੈਟਲ ਹੋਣ ਦਾ ਵੀ ਮੌਕਾ ਮਿਲੇਗਾ ਉਹਨਾਂ ਨੂੰ ਅੱਛੀਆਂ ਜੌਬਸ ਵੀ ਮਿਲ ਸਕਦੀਆਂ ਨੇ ਰੈਜ਼ਿਡੈਂਸ ਦਾ ਉੱਥੇ ਉਹਨਾਂ ਦਾ ਪ੍ਰਬੰਧ ਵੀ ਹੋ ਸਕਦਾ ਹੈ ਅੱਛੇ ਪੈਕੇਜ ਵੀ ਮਿਲ ਸਕਦੇ ਨੇ ਕੁੱਲ ਮਿਲਾ ਕੇ ਬ੍ਰਾਈਟ ਫਿਊਚਰ ਹੁਣ ਨਾਲ ਹੀ ਕੋਰੋਨਾ ਚੱਲ ਰਿਹਾ ਹੈ ਪਰ ਇਹ ਗੁੱਡ ਨਿਊਜ਼ ਹੈ ਪਰਮਾਤਮਾ ਕਰੇ ਸਭ ਕੁਝ ਸਹੀ ਬੈਠੇ ਤੇ ਸਾਡੇ ਸਟੂਡੈਂਟਸ ਜੋ ਨਿਰਾਸ਼ਾ ਚ ਬੈਠੇ ਨੇ ਬੜੀ ਦੇਰ ਤੇ ਨਮਸਤਿੰ ਨਮੀ ਓਪਰਚੁਨਿਟੀਆਂ ਜ਼ਰੂਰ ਖੁੱਲਣ ਹੁਣ ਅਗਲੀ ਖਬਰ ਦੇ ਬਾਰੇ ਰੁਖ ਕਰਦੇ ਆ 사우ਦੀ ਅਰਬ ਨੇ ਵੀ ਆਪਣੀਆਂ ਯਾਤਰਾ ਪਾਬੰਦੀਆਂ ਖਤਮ ਕਰ ਦਿੱਤੀਆਂ ਨੇ ਖਾਸ ਤੌਰ ਤੇ ਕਵਾਰੈਂਟਾਈਨ ਦੀ ਜਿਹੜੀ ਯਾਤਰਾ ਬਿਲਕੁਲ ਖਤਮ ਕਰ ਦਿੱਤੀ ਹੈ ਭਾਰਤੀਆਂ ਦੇ ਲਈ ਪਾਕਿਸਤਾਨ ਵਾਲਿਆਂ ਦੇ ਲਈ ਬਿਲਕੁਲ 6 ਮੁਲਕਾਂ ਦੇ ਉੱਤੋਂ ਉਸਨੇ ਖਾਸ ਤੌਰ ਤੇ ਪਾਬੰਦੀ ਹਟਾ ਦਿੱਤੀ ਹੈ ਕਿ ਤੁਸੀਂ ਆ ਸਕਦੇ ਹੋ ਪਰ ਸ਼ਰਤਾ ਤਾਂ ਹੋਈ ਨੇ ਨਾ ਵੈਕਸੀਨੇਸ਼ਨ ਹੋਇਆ ਹੋਵੇ ਤੁਹਾਡੀ ਰਿਪੋਰਟ ਨੈਗੇਟਿਵ ਹੋਵੇ ਕਿਉਂਕਿ ਕੋਈ ਵੀ ਰਿਸਕ ਨਹੀਂ ਲਏਗਾ ਸੋ ਸਾਊਦੀ ਅਰੇਬੀਆ ਵੀ ਇੱਕ ਅੱਛਾ ਡੈਸਟੀਨੇਸ਼ਨ ਹੈ ਸਾਡੇ ਇੰਡੀਅਨਸ ਵਾਸਤੇ ਅਸੀਂ ਦੇਖਦੇ ਆ ਕਿ ਉੱਥੇ ਕਿੰਨੀ ਕ ਔਰ ਖਾਸ ਗੱਲ ਇਹ ਹੈ ਕਿ ਉਥੇ ਤੁਸੀਂ ਜਾ ਕੇ ਦੇਖੋ ਜਿਹੜੇ ਉਥੋਂ ਦੇ ਵਸਿੰਦੇ ਨੇ ਨਾ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਣਗੇ ਕਿਤੇ ਕਿਤੇ ਮੂਵਮੈਂਟਸ ਮਿਲਣ ਗਿਆ ਜ਼ਿਆਦਾ ਪੰਜਾਬੀਆਂ ਦੇ ਮੂਵਮੈਂਟਸ ਮਿਲਣ ਗਿਆ ਇੱਦਾਂ ਲੱਗੇਗਾ ਜਿਵੇਂ ਦੂਜਾ ਪੰਜਾਬ ਬਸਾਇਆ ਹੋਇਆ ਕਿੱਥੇ ਨਹੀਂ ਜਾ ਕੇ ਸਾਡੇ ਪੰਜਾਬੀਆਂ ਨੇ ਆਪਣਾ ਪੰਜਾਬ ਬਸਾਉਣ ਦੀ ਕੋਸ਼ਿਸ਼ ਕੀਤੀ ਤੇ ਸਾਊਦੀ ਅਰੇਬੀਆ ਇਹ ਹੈ ਕਿ ਇੱਕ ਪਾਸੇ ਨਵਾਂ ਏਰੀਆ ਹੈ ਇੱਕ ਪਾਸੇ ਪੁਰਾਣਾ ਏਰੀਆ ਹੈ ਤੇ ਪੁਰਾਣੇ ਏਰੀਏ ਚ ਜੋ ਹੈ ਥੋੜਾ ਸਸਤਾ ਹੈ ਨਵਾਂ ਏਰੀਆ ਥੋੜਾ ਮਹਿੰਗਾ ਹੈ ਬਟ ਜੋ ਪੰਜਾਬੀਜ਼ ਨੇ ਉਹ ਦੋਵੇਂ ਪਾਸੇ ਨੇ ਕਿਉਂਕਿ ਨਵੇਂ ਏਰੀਆ ਚੋਂ ਕੰਮ ਕਰਦੇ ਆਉਂਦੇ ਨੇ ਪੁਰਾਣੇ ਸੋ ਟੈਲੈਂਟ ਵੀ ਹੈ ਔਰ ਤੁਸੀਂ ਦੇਖਿਓ ਇਕਨੋਮੀ ਨੂੰ ਜੋ ਸਭ ਤੋਂ ਜ਼ਿਆਦਾ ਫਾਇਦਾ ਦਿੱਤਾ ਹੈ ਅਰਬ ਦੇ ਉਹ ਦਿੱਤਾ ਹੈ ਪੰਜਾਬੀਜ਼ ਨੇ ਜਾਂ ਕੋ ਇੰਡੀਅਨਸ ਨੇ ਦਿੱਤਾ ਹੈ ਬਿਕੋਜ਼ ਉਹਨਾਂ ਨੇ ਪਹਿਲਾਂ ਆਪਣੇ ਮੁਲਕ ਦੇ ਲੋਕਾਂ ਨੂੰ ਜ਼ਰੂਰ ਕੰਮ ਤੇ ਰੱਖਣਾ ਸ਼ੁਰੂ ਕੀਤਾ ਪਰ ਉਹਨਾਂ ਨੇ ਇਹ ਦੇਖਿਆ ਕਿ ਉਹ ਲੋਕ ਇੰਨਾ ਯੋਗਦਾਨ ਨਹੀਂ ਪਾ ਰਹੇ ਉਹਨਾਂ ਦੀ ਜੀਡੀਪੀ ਦੇ ਵਿੱਚ ਉਹਨਾਂ ਦੀ ਜੋ ਇਕਨੋਮੀ ਹੈ ਉਹਦੇ ਵਿੱਚ ਤੇ ਫਿਰ ਉਹਨਾਂ ਨੇ ਟੈਲੈਂਟ ਇੰਡੀਆ ਤੋਂ ਹਾਇਰ ਕੀਤਾ ਉਹਨਾਂ ਨੇ ਕਾਫੀ ਜ਼ਿਆਦਾ ਯੋਗਦਾਨ ਪਾਇਆ ਹੈ ਤੁਸੀਂ ਦੇਖੋ ਬਾਕੀ ਵੀ ਕੰਟਰੀਜ਼ ਦੇ ਵਿੱਚ ਕਿੱਥੇ ਕਿੱਥੇ ਜਾ ਕੇ ਪੰਜਾਬੀਆਂ ਨੇ ਕੰਮ ਨਹੀਂ ਕੀਤਾ ਤੇ ਉਹਨਾਂ ਦੀ ਇਕਨੋਮੀ ਨੂੰ ਸਟਰੋਂਗ ਨਹੀਂ ਕੀਤਾ ਹਮ ਅਗਲੀ ਖਬਰ ਦੇ ਨਾਲ ਰੁਕ ਕਰਦੇ ਹਾਂ ਅਗਲੀ ਖਬਰ ਅਮਰੀਕਾ ਤੋਂ ਹੈ ਅਮਰੀਕਾ ਦੇ ਵਿੱਚ ਗਨ ਕਲਚਰ ਕਾਫੀ ਜ਼ਿਆਦਾ ਪ੍ਰਮੋਟ ਹੋਇਆ ਹੈ ਪਿਛਲੇ 1-2 ਸਾਲ ਦੇ ਵਿੱਚ ਕਿਉਂਕਿ ਆਪਣੀ ਮਰਜ਼ੀ ਦੇ ਨਾਲ ਗਨ ਖਰੀਦ ਕੇ ਉਸ ਨੂੰ ਕਈ ਵਾਰੀ ਤਾਂ ਜਿਹੜੇ ਪਾਰਟਸ ਹੈ ਆਨਲਾਈਨ ਮੰਗਾ ਕੇ ਉਸ ਨੂੰ ਅਸੈਂਬਲ ਕਰਕੇ ਗਨ ਬਣਾ ਲਈ ਜਾਂਦੀ ਹੈ ਕੋਈ ਰੋਕ ਟੋਕ ਨਹੀਂ ਹੈ ਹੁਣ ਅਮਰੀਕਾ ਦੇ ਵਿੱਚ ਗਨ ਕਲਚਰ ਦੇ ਉੱਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪਿਛਲੇ ਕਾਫੀ ਟਾਈਮ ਦੇ ਵਿੱਚ ਅਸੀਂ ਦੇਖਿਆ ਹੈ ਕਿ ਬਹੁਤ ਜ਼ਿਆਦਾ ਜਿਹੜੀਆਂ ਡੈਥ ਹੈ ਉਸ ਦਾ ਕਾਰਨ ਗੈਂਗ ਕਲਚਰ ਰਿਹਾ ਬਿਲਕੁਲ ਜੀ ਅਸੀਂ ਪੁਰਾਣੀਆਂ ਫਿਲਮਾਂ ਦੇਖੀਏ ਨਾ ਕਾਉ ਬੋਇਸ ਉਹ ਵਡੀਆਂ-ਵਡੀਆਂ ਹੈਟਸ ਪਾਈਆਂ ਹੋਈਆਂ ਘੋੜਿਆਂ ਦੇ ਉੱਤੇ ਹੁੰਦੇ ਨੇ ਸੋ ਉੱਥੋਂ ਤੋਂ ਦੇਖਦੇ ਆ ਗੈਂਗ ਕਲਚਰ ਹੈ ਪੁਰਾਣੇ ਜਿਪਸੀਸ ਨੇ ਉੱਥੋਂ ਦੇ ਖੈਰ ਉਸ ਕਲਚਰ ਨੂੰ ਕਾਫੀ ਮੋੜਾ ਵੀ ਪਿਆ ਪਰ ਜਿਹੜੀ ਉਹ ਪੁਰਾਣੀ ਭਾਵਨਾ ਹੈ ਨਾ ਉਹ ਰਹੀ ਹੈ ਉੱਥੇ ਹੁਣ ਦੂਸਰੀਆਂ ਦੇਖੋ ਤੁਸੀਂ ਆਨਲਾਈਨ ਗੇਮਸ ਵੀ ਨੇ ਜਿੱਦੇ ਸਾਰੇ ਸ਼ੂਟਿੰਗ ਹੀ ਹੁੰਦੀ ਹੈ ਨਾ ਬੱਚੇ ਤੋਂ ਦੇਖਦੇ ਨੇ ਕਿ ਕਿੰਨੇ ਬੰਦੇ ਤੁਸੀਂ ਮਾਰੇ ਨੇ ਉਸ ਗੇਮ ਦੇ ਵਿੱਚ ਉਹਨੇ ਤੁਹਾਨੂੰ ਪੁਆਇੰਟਸ ਮਿਲਦੇ ਨੇ ਸੋ ਨਾਲ ਦੀ ਨਾਲ ਏਲੀਅਨਸ ਦੀਆਂ ਮੂਵੀਜ਼ ਆਉਂ ਤੋ ਆਏ ਨੇ ਉਹ ਵੀ ਸ਼ੂਟ ਕਰਦੇ ਨੇ ਮਤਲਬ ਸ਼ੂਟ 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 ਹਰ ਪਾਸੇ ਕਿਲਿੰਗ ਹੋ ਰਹੀ ਹੈ ਇਹ ਦੂਸਰਾ ਟੈਰਰਿਜ਼ਮ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਹਰੇਕ ਦੇਸ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਬਿਲਡਿੰਗਜ਼ ਉੜਾ ਦਿੱਤੀਆਂ ਜਾਂਦੀਆਂ ਨੇ ਕਿ ਸਹਰ ਰੋਜ਼ ਨਿਊਜ਼ ਹੁੰਦੀ ਹੈ ਨੈਟ ਦੇ ਉੱਤੇ ਤਾਂ ਬਿਲਕੁਲ ਓਪਨ ਹੈ ਪੁਰਾਣੀਆਂ ਨਿਊਜ਼ ਵੀ ਨੰਨੀਆਂ ਨਿਊਜ਼ ਵੀ ਤਾਂ ਕਿੰਨਾ ਕਿੰਨਾ ਇਹ ਲੱਗਦਾ ਬੜਾ ਫੈਂਸੀ ਗਲੈਮਰਾਇਜ਼ ਲੱਗਦਾ ਗਨ ਕੋਲ ਰੱਖਣਾ ਠਾ 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 ਚਲਾਉਣਾ ਹੈ ਨਾ ਇੱਥੇ ਗਨ ਟੰਗੀ ਹੋਈ ਹੈ ਤਰ੍ਹਾਂ ਤਰ੍ਹਾਂ ਦੀਆਂ ਗੰਸ ਨੇ ਵੇਰੀਐਂਟਸ ਨੇ ਹੁੰਨਾਂ ਦੇ ਉਹਦੇ ਚ ਉਹਨਾਂ ਨੂੰ ਮਜ਼ਾ ਆਉਂਦਾ ਹੈ ਕੱਚਾ ਦਿਮਾਗ ਹੈ ਛੋਟਾ ਦਿਮਾਗ ਹੈ ਬੱਚਿਆਂ ਦਾ ਯੰਗ ਜਨਰੇਸ਼ਨ ਦਾ ਉਹ ਸਮੇਂ ਦੇ ਨੇ ਸ਼ਾਇਦ ਇਹੀ ਲਾਈਫ ਸਟਾਈਲ ਹੈ ਤਾਂ ਫਿਰ ਕੀ ਹੋਇਆ ਕਿ ਤੁਸੀਂ ਦੇਖੋ ਸਕੂਲਾਂ ਦੇ ਵਿੱਚ ਵੀ ਗੋਲੀਆਂ ਚਲਦੀਆਂ ਨੇ ਸਕੂਲਾਂ ਦੇ ਬਾਹਰ ਵੀ ਗੋਲੀਆਂ ਚਲਦੀਆਂ ਨੇ ਕਿੱਥੇ ਗੋਲੀਆਂ ਨਹੀਂ ਚਲਦੀਆਂ ਸੋ ਫਿਰ ਗੌਰਮੈਂਟ ਨੂੰ ਇਹ ਸਟੈਪ ਤੇ ਲੈਣਾ ਪਏਗਾ ਬਹੁਤ ਦੇਰ ਪਹਿਲਾਂ ਬਰਨ ਜੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਜਿਹੜਾ ਗਨ ਕਲਚਰ ਹੈ ਨਾ ਅਮਰੀਕਾ ਦਾ ਬਦਲਦੇ ਹੋਏ ਸਮੇਂ ਦੇ ਮੁਤਾਬਿਕ ਇਹਨੂੰ ਸਟਾਪ ਕਰਨਾ ਜ਼ਰੂਰੀ ਹੈ ਕਿਸੇ ਵਕਤ ਹੋ ਸਕਦਾ ਜ਼ਰੂਰੀ ਹੋਵੇ ਇੱਕ ਗਨ ਰੱਖਣਾ ਆਪਣੇ ਕੋਲ ਪਰ ਅੱਜ जो सिक्योरिटी मौजूद है पुलिस मौजूद है सेना मौजूद है तो एक आम बंदा इतना गन्स लेके चले बहुत रिस्पॉन्सिबिलिटी वाली चीज़ है गन बिल्कुल कोई भी हथियार को रखना तो इस करके जो तक वो बंदा मैच्योर नहीं है उन्हें कोई भी हथियार होना नहीं चाहिए अतकल बड़ी खतरनाक है कि ऑनलाइन तो ਬੁੱਝੇ ਮੰਗਵਾ ਕੇ ਅਸੈਂਬਲ ਕਰਕੇ ਗਨ ਕਲਚਰ ਜਿਹੜਾ ਉਸ ਨੂੰ ਤਿਆਰ ਕਰ ਲਓ ਵਾਕਈ ਬਹੁਤ ਖਤਰਨਾਕ ਗੱਲ ਹੈ ਔਰ ਗੱਲ ਬੜੀ ਸਿਆਣੀ ਕਹੀ ਹੈ ਕਿਉਂਕਿ ਜੇ ਸਾਨੂੰ ਆਪਣੇ ਐਡਮਿਨਿਸਟ੍ਰੇਸ਼ਨ ਤੇ ਭਰੋਸਾ ਹੈ ਪੁਲਿਸ ਦਾ ਨਾਦ ਕੀਤੀ ਗਈ ਹੈ ਉਹ ਪੁਰਾਣਾ ਜ਼ਮਾਨਾ ਤਾਂ ਹੈ ਨਹੀਂ ਆ ਕਿ ਡਾਕੂਆਂ ਨੇ ਘੋੜਿਆਂ ਤੇ ਆਉਣਾ ਔਰ ਸਾਰਾ ਕੁਝ ਲੁੱਟਪਾਟ ਕਰਕੇ ਲੈ ਜਾਣਾ ਤੁਹਾਡੇ ਕੋਲ ਹਥਿਆਰ ਹੋਣੇ ਜ਼ਰੂਰੀ ਹੈ ਨਾ ਜੇ ਤੁਸੀਂ ਮਤਲਬ ਕਾਫੀ ਜ਼ਿਆਦਾ ਰੂਲਸ ਐਂਡ ਰੈਗੂਲੇਸ਼ਨਸ ਇਹਦੇ ਵਿੱਚ ਤਿਆਰ ਕੀਤੀਆਂ ਗਈਆਂ ਕਿ ਕਿਹੜੀਆਂ-ਕਿਹੜੀਆਂ ਗਨਸ ਤੁਸੀਂ ਕਿੱਥੇ ਯੂਜ਼ ਕਰ ਸਕਦੇ ਹੋ ਕਿੱਥੇ ਨਹੀਂ ਯੂਜ਼ ਕਰਦੇ ਜੇ ਤੁਸੀਂ ਇਸ ਖਬਰ ਦੇ ਹੋਰ ਵਿਸਤਾਰ ਦੇ ਵਿੱਚ ਜਾਣਾ ਚਾ ਯੂਐਸਏ ਦੀਆਂ ਪਈਆਂ ਨੇ YouTube ਦੇ ਉੱਤੇ ਤੁਸੀਂ ਉਹ ਧਿਆਨ ਨਾਲ ਦੇਖੋ ਉਹਦੇ ਵਿੱਚ ਸਾਰੀ ਖਬਰ ਵਿਸਥਾਰ ਦੇ ਵਿੱਚ ਦੱਸ ਦਿੱਤੀ ਗਈ ਹੈ ਤੇ ਹੁਣ ਆ ਵੀ ਦੇਖੋ ਨਾ ਫਿਲਮਸ ਦੀ ਗੱਲ ਕੀਤੀ ਕਾ ਬੁਆਇਸ ਦੀ ਗੱਲ ਕੀਤੀ ਸਾਡੀ ਸ਼ੋਲੇ ਫਿਲਮ ਬਣੀ ਉਹ ਵੀ ਕਾਫੀ ਮੇਰੇ ਦਿਮਾਗ 'ਚ ਵੀ ਪਤਾ ਹੈ ਸ਼ੋਲੇ ਫਿਲਮ ਆਈ ਸੀ ਹੁਣੇ ਕਾਫੀ ਪ੍ਰੇਰਣਾ ਹੋਇਆ ਨਾ ਉਹ ਵੀ ਉਹ ਇੱਕ ਹੋਰ ਬੁਆਇਸ ਉਹੀ ਕਲਚਰ ਹੈ ਜਿੱਦੇ ਕੋਈ ਗਨ ਸਾਰੀਆਂ ਚੱਲਦੀਆਂ ਨੇ ਉਹ ਉੱਥੇ ਕਾਉਬੌਏ ਦਾ ਨਾਮ ਗੱਬਰ ਹੁੰਦਾ ਬਸ ਪਰ ਕਿੰਨਾ ਸਾਂਬਾ ਹੁੰਦਾ ਕਾਲੀਆ ਹੁੰਦਾ ਜੋ ਵੀ ਹੈ ਉਹ ਅਲੱਗ-ਅਲੱਗ ਕੈਰੇਕਟਰਸ ਨੇ ਔਰ ਸੇਮ ਅਸੀਂ ਦੇਖੀਂ ਇੰਡੀਆ ਦੇ ਅੰਦਰ ਵੀ ਇਹ ਪ੍ਰੋਬਲਮਸ ਹੈਗੀਆਂ ਨੇ ਨੈਕਸਟ ਸਲਾਈਟ ਮੂਵਮੈਂਟ ਜਿਹੜੀ ਹੈ ਨੀ ਕਹੇ ਜਾਂਦਾ ਨਾ ਕਿ ਅੰਦਰੂਨੀ ਸੁਰੱਖਿਆ ਸਾਨੂੰ ਚਾਹੀਦੀ ਆ ਤੋ ਇਹ ਸਾਰੀਆਂ ਚੀਜ਼ਾਂ ਮੋਬਿਲ ਬਲਾ ਕੇ ਟੋਟਲ ਗੱਲ ਇਹ ਬਣਦੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਗੰਨਸ ਹੋਣੀਆਂ ਚਾਹੀਦੀਆਂ ਨੇ ਉਹ ਹੈ ਪੁਲਿਸ ਉਹ ਹੈ ਜਿਹੜੇ ਸੁਰੱਖਿਆ ਬਲ ਨੇ ਉਹ ਹੈ ਸੈਨਾ ਆਮ ਪਬਲਿਕ ਦੀ ਸਿਕਿਉਰਿਟੀ ਵਾਸਤੇ ਉਹ ਮੌਜੂਦ ਨੇ ਤਾਂ ਫਿਰ ਵੀ ਜੇ ਕਿਸੇ ਖਾਸ ਵੀਆਈਪੀ ਨੂੰ ਜ਼ਿਆਦਾ ਹੀ ਜ਼ਰੂਰਤ ਹੈ ਤਾਂ ਵਾਕਈ ਉਹਨੂੰ ਦੇਣੀ ਚਾਹੀਦੀ ਹੈ ਲਾਇਸੈਂਸ ਹੋਣਾ ਚਾਹੀਦਾ ਹੈ ਫਿਰ ਵੀ ਉਹ ਕਈ ਮੌਕਿਆਂ ਤੇ ਕਹਿੰਦੇ ਨੇ ਕਿ ਤੁਸੀਂ ਗੰਨ ਜਮਾ ਕਰਾ ਦਿਓ ਲਾਇਸੈਂਸ ਸਰੈਂਡਰ ਕਰ ਦਿਓ ਕਿਉਂਕਿ ਕਈ ਵਾਰ ਇਲੈਕਸ਼ਨਸ ਦੇ ਨੇੜੇ ਆ ਕੋਈ ਹੋਰ ਵੀ ਮੌਕੇ ਹੁੰਦੇ ਨੇ ਤਾਂ ਉਹ ਵੀ ਗੱਲ ਰੂਲਸ ਦੇ ਮੁਤਾਬਿਕ ਹੈ ਬਾਕੀ ਰਹੀ ਗੱਲ ਕਿ ਆ ਫੈਸ਼ਨ ਦੇ ਤੌਰ ਤੇ ਗਨ ਰੱਖਣਾ ਜੀ ਮੇਰੇ ਕੋਲ ਗਨ ਹੈ ਦੇਖੋ ਇਹਦਾ ਰੂਪ ਪੈਂਦਾ ਹੈ ਅਟ ਨੌਨਸੈਂਸ ਲੱਗਦੀ ਚਲਾਉਣੀ ਬਹੁਤ ਸੌਖੀ ਆ ਭੋਗਦਣੀ ਬਹੁਤ ਔਖੀ ਆ ਹੁਣੇ-ਹੁਣੇ ਜਸਵਿੰਦਰ ਬਰਾੜ ਹੋਣਾ ਦਾ ਨਾ ਇੱਕ ਗਾਣਾ ਵੀ ਆਇਆ ਗਨ ਦੇ ਉੱਤੇ ਉਸ ਗਾਣੇ ਨੂੰ ਜੇ ਦੇਖ ਲਿਆ ਜਾਵੇ ਨਾ ਤਾਂ ਸਪੱਸ਼ਟ ਪਤਾ ਲੱਗ ਜਾਂਦਾ ਕਿ ਮਤਲਬ ਬੜਾ ਰੱਖਣੀ ਤਾਂ ਸੌਖੀ ਆ ਚਲਾਉਣੀ ਔਖੀ ਜਈ ਹਣਾ ਸੋ ਇਹ ਵਾਕਈ ਸਹੀ ਗੱਲ ਹੈ ਕਿ ਕੁਝ ਚੀਜ਼ਾਂ ਸੀ ਫੁਕਰਪੰਤੀ ਦੇ ਵਿੱਚ ਕਰ ਦੰਨੇ ਆ ਬਾਅਦ ਵਿੱਚ ਉਹਦੇ ਖਮਿਆਸੇ ਬਹੁਤ ਮਹਿੰਗੇ ਪੈਂਦੇ ਨੇ ਕਈ ਵਾਰੀ ਹੁੰਦਾ ਹੈ ਕਿ ਸੋਸ਼ਲ ਮੀਡੀਆ ਦਾ ਤੇ ਆਪਾਂ ਦੇਖਦੇ ਆ ਚਾਹੇ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਕਿਸੇ ਵੀ ਕੰਟਰੀ ਦੀ ਗੱਲ ਕਰੀਏ ਹਣਾ ਕੁਝ ਯੰਗਸਟਰਸ ਦੇ ਵਿੱਚ ਬੜਾ ਕਰੀਜ਼ ਹੁੰਦਾ ਆਪਣੀਆਂ ਫਰੈਂਡਸ ਦੀਆਂ ਪਿਸਟਲਸ ਲੈ ਕੇ ਫੋਟੋਗ੍ਰਾਫੀ ਕਰਨ ਦਾ ਗਨ ਲੈ ਕੇ ਫ੍ਰੀਜ ਹਵਾ ਫਾਇਰ ਕਰਨ ਦਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਂਦੀਆਂ ਫਿਰ ਪੁਲਿਸ ਨੂੰ ਐਕਸ਼ਨ ਲੈਣੇ ਪੈਂਦੇ ਆ ਸੋ ਫੁਕਰਪੰਤੀ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਦਾ ਖਮਿਆਜ਼ਾ ਬਹੁਤ ਗਾਂ ਜਾ ਕੇ ਭੁਗਤਣਾ ਪੈਂਦਾ ਹੁਣ ਸਾਨੂੰ ਲੱਗਦਾ ਕਿ ਪਤਾ ਨਹੀਂ ਕਿੱਡੀ ਕੁ ਡਿਟੋਰ ਆ ਸਾਡੇ ਕੋਲ ਪਿਸਟਲ ਆ ਸਾਡੇ ਕੋਲ ਕਾਹਨਾ ਸਟੇਟਸ ਦਾ ਸਿੰਬਲ ਕਈ ਲੋਕ ਇਹਨੂੰ ਆਪਣਾ ਸਮਝਦੇ ਨੇ ਪਰ ਆਪਣੀ ਜ਼ਰੂਰਤ ਦੇ ਲਈ ਜੇ ਤੁਹਾਨੂੰ ਗਵਰਨਮੈਂਟ ਵਿੱਚ ਨੂੰ ਰੱਖਣ ਦੀ ਪਰਮਿਸ਼ਨ ਦਿੰਦੀ ਆ ਤੁਹਾਨੂੰ ਲਾਇਸੈਂਸ ਮਿਲਦੇ ਆ ਹਨਾ ਤਾਂ ਉਹ ਤਾਂ ਹੈ ਕਿ ਬਹੁਤ ਹੀ ਜ਼ਿਆਦਾ ਕਿਤੇ ਨੇਰ ਪੈ ਗਿਆ ਤੁਸੀਂ ਰਾਜ ਇਕੱਲੇ ਜਾਣੇ ਹੋ ਜੋ ਗਵਰਨਮੈਂਟ ਕਹਿੰਦੀ ਆ ਉਹਦੇ ਬਾਰੇ ਹਨਾ ਆਪਾਂ ਨੇ ਇਸ ਬਾਰੇ ਕੁਝ ਕਹਿ ਸਕਦੇ ਪਰ ਫੁਕਰਪੰਤੀ ਦੇ ਲਈ ਚਲਾਈਆਂ ਹੋਈਆਂ ਚੀਜ਼ਾਂ ਹਮੇਸ਼ਾ ਮਾਤ ਪਾਉਂਦੀਆਂ ਆ ਇੱਕ ਫੁਕਰਪੰਤੀ ਤੋਂ ਗੱਲ ਯਾਦ ਆਉਂਦੀ ਹੈ ਥੋੜੀ ਮਜ਼ਾਕ ਦੀ ਗੱਲ ਹੈ ਕਿ ਐਦਾਂ ਹੀ ਫੁਕਰਪੰਤੀ ਚ ਉਹਨੇ ਰੱਖੀ ਹੋਈ ਹੈ ਰਿਵਾਲਵਰ ਤੇ ਅੱਗੇ ਗਿਆ ਤੇ ਉੱਥੇ ਘੇਰਾ ਪਾ ਲਿਆ ਕਿਤੇ ਜੰਗਲ ਚੋਂ ਨਿਕਲਿਆ ਤੇ ਜਦੋਂ ਪੈ ਗਏ ਉਹਨੂੰ ਲੁਟੇਰੇ ਤੇ ਉਹ ਕਹਿੰਨ ਆ ਵੀ ਕੱਢ ਇੱਥੇ ਕੀ ਰੱਖਿਆ ਹੈ ਬੈਗੇਜ ਕੀ ਰੱਖਿਆ ਆ ਜੇਬ ਚ ਕੀ ਰੱਖਿਆ ਇੱਥੋਂ ਕੱਢ ਉੱਥੋਂ ਕੱਢ ਉਹ ਕਿਸੇ ਦੀ ਨਜ਼ਰ ਨਾਲ ਪਿਸਤੌਲ ਤੇ ਪੈ ਗਈ ਉਹ ਕਿਤੇ ਲੁਕੋਈ ਹੋਈ ਸੀ ਉਹਨੇ ਕਮੀਜ਼ ਦੇ ਅੰਦਰ ਕਹਿੰਦੇ ਆਹ ਕੀ ਹੈ ਕੱਢ ਕਹਿੰਦਾ ਆਹ ਰਹਿਣ ਦਿਓ ਕਹਿੰਦੇ ਨਹੀਂ ਨਹੀਂ ਕੱਢ ਕੱਢ ਕੰਦਾ ਰਹਿਣ ਦਿਓ ਕਹਿੰਦੇ ਕੀ ਹੈ ਕਹਿੰਦਾ ਪਿਸਤੌਲ ਹੈ ਕਹਿੰਦੇ ਇਹ ਕਿਉਂ ਰੱਖੀ ਔਖੇ ਵੇਲੇ ਕੰਮ ਆ ਜਾਂਦੀ ਹੈ ਹੋਰ ਹੋਰ ਕਿਹੜਾ ਔਖਾ ਵੇਲਾ ਆਉਣਾ ਤੇਰੇ ਤੇ ਉਹ ਫੁਕਰਾ ਬੰਦਾ ਮਤਲਬ ਕੰਗੀ ਬਰੇ ਜਿੱਥੇ ਨਹੀਂ ਦਿਖਾਉਣਾ ਉੱਥੇ ਦਿਖਾ ਕੇ ਉਹ ਡਰਾਉਂਦਾ ਹੈ ਤੇ ਲੋਡ ਵੀ ਹੁੰਦੇ ਵਿਚਾਰਾ ਡਰਿਆ ਹੋਇਆ ਆ ਕੇ ਉਹਨੇ ਚਲਾਇਆ ਕੀ ਸੋ ਗਨ ਚਲਾਉਣ ਵਾਸਤੇ ਨਾ ਗਨ ਰੱਖਣ ਵਾਸਤੇ ਬਹੁਤ ਜਿਗਰਾ ਚਾਹੀਦਾ ਜਿਗਰੇ ਵਾਲੇ ਬੰਦਿਆਂ ਦੇ ਕੰਮ ਨੇ ਹਰੇਕ ਬੰਦੇ ਨੂੰ ਇਸ ਚੀਜ਼ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਐਵੇਂ ਲੋਕਾਂ ਦੇ ਉੱਤੇ ਫਾਇਰਿੰਗ ਕਰੀ ਜਾਓ ਤਾਂ ਇਹ ਗਲਤ ਕੰਮ ਹੈ ਤੇ ਹੁਣ ਅਗਲੀ ਖਬਰ ਆਪਾਂ ਪੰਜਾਬ ਦੀ ਕਰਦੇ ਆ ਕਿਹੜੀ ਖਬਰ ਪੰਜਾਬ ਦੀ ਹੁਣ ਤੁਸੀਂ ਦੱਸ ਰਹੇ ਹੋ ਪੰਜਾਬ ਦੀ ਖਬਰ ਤੇ ਇਹ ਹੈ ਕਿ ਇੱਕ ਤਾਂ ਸਿੱਧੂ ਸਾਹਿਬ ਜ਼ਰੂਰ gekeਰਾ ਪਾਉਂਦੇ ਨੇ ਹੁਣ ਉਹਨਾਂ ਨੇ ਕੇਰਾ ਪਾਇਆ ਹੈ ਆਪਣੀ ਪਾਰਟੀ ਨੂੰ ਵੀ ਕੇਰਾ ਪਾ ਲਿਆ ਹੈ ਨਾਲ ਕੇਰਾ ਪਾਇਆ ਹੈ ਕੈਪਟਨ ਸਾਹਿਬ ਨੂੰ ਕਹਿੰਦੇ ਸਾਢੇ 4 ਸਾਲ ਤੁਸੀਂ ਕੁਝ ਕੀਤਾ ਨਹੀਂ ਹੈ ਹਾਲਾਂਕਿ ਆਪ ਵੀ ਕਾਂਗਰਸ ਜੀ ਨੇ ਸਾਢੇ 4 ਸਾਲ ਤੁਸੀਂ ਕੁਝ ਨਹੀਂ ਕੀਤਾ ਤੇ ਹੁਣ ਤੁਸੀਂ ਗੱਲਾਂ ਕਰਨ ਲੱਗ ਪਏ ਹੋ ਆਪ ਕੀ ਕੀਤਾ ਸੀ ਉਧਰੋਂ ਚੰਨੀ ਸਾਹਿਬ ਨੂੰ ਕੇਰਾ ਪਾਇਆ ਹੋਇਆ ਹੈ ਪਰ ਇੱਕ ਗੱਲ ਹੈ ਇਹ ਸਿੱਧੂ ਸਾਹਿਬ ਨੂੰ ਕੇਰਾ ਕੌਣ ਪਾਏ ਇਹ ਗੱਲ ਸੋਚਣ ਵਾਲੀ ਹੈ ਬਿਲਕੁਲ ਜੇ ਸਿੱਧੂ ਸਾਹਮਣੂ ਵੀ ਕਿਸੇ ਨੇ ਘੇਰਾ ਪਾਇਆ ਤਾਂ ਫਿਰ ਸਿੱਧੂ ਸਾਭ ਕੀ ਜਵਾਬ ਦੇਣਗੇ ਅੱਜ ਬਿਆਨ ਆਇਆ ਅਖਬਾਰ ਦੇ ਵਿੱਚ ਚਰਨਜੀਤ ਚੰਨੀ ਹੋਣਾ ਦਾ ਪੰਜਾਬ ਦੇ ਮੁੱਖ ਮੰਤਰੀ ਉਹ ਕਹਿੰਦੇ ਨੇ ਕਿ ਮੇਰੀਆਂ ਪਾਈਆਂ ਹੋਈਆਂ ਗੰਡਾਂ ਖੋਲਣੀਆਂ ਬਹੁਤ ਮੁਸ਼ਕਲ ਨੇ ਉਹਨਾਂ ਨੇ ਸਤਰਕ ਕੀਤਾ ਹੈ ਅਕਾਲੀ ਦਲ ਨੂੰ ਤੇ ਨਾਲ ਦੇ ਨਾਲ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਹੋਣਾ ਤੇ ਉਹਨਾਂ ਨੇ ਸਵਾਲ ਚੁੱਕਿਆ ਜਾਇਜ਼ ਪਰ ਮੈਨੂੰ ਇਹ ਦੱਸੋ ਸੰਜੀਵ ਖੰਨਾ ਜੀ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਪੰਜਾਬ ਚ ਕਿੰਨੇ ਸਾਲ ਰਾਜ ਕੀਤਾ ਜਿਹੜਾ ਉਹਨੇ ਪੰਜਾਬ ਤੇ ਇੰਨਾ ਕੁਝ ਵਿਗਾੜ ਦਿੱਤਾ ਮੇਰੇ ਖਿਆਲ ਤੇ ਇਹਦੀ ਸ਼ੁਰੂਆਤ ਵੀ ਨਹੀਂ ਹੈਗੀ ਤੇ ਜੇ ਉਹਨਾਂ ਨੇ ਹੱਲੇ ਸ਼ੁਰੂਆਤ ਵੀ ਨਹੀਂ ਕੀਤੀ ਉਹ ਪੰਜਾਬ ਦਾ ਵਿਗਾੜ ਕਿਵੇਂ ਗਏ ਮਤਲਬ ਉਹ ਭਰੋਸਾ ਦਿਵਾ ਕੇ ਗਏ ਜਾਂ ਉਹ ਗੱਲਾਂ ਕਰਕੇ ਗਏ ਜਾਂ ਫਿਰ ਇੱਥੋਂ ਆਪੋਨੈਂਟਸ ਨੂੰ ਲੱਗਦਾ ਹੈ ਜਿਹੜਾ ਵੀ ਉੱਠਦਾ ਆ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਚੱਕਣੇ ਸ਼ੁਰੂ ਕਰ ਦਿੰਦਾ ਚਲੋ ਜਿਹੜੇ ਵਿਧਾਇਕ ਉਹਨਾਂ ਦੇ ਜਿੱਤੇ ਆ ਉਹਨਾਂ ਤੇ ਸਵਾਲ ਚੱਕਣੇ ਜਾਇਜ਼ ਆ ਪਰ ਹੱਲੇ ਸਰਕਾਰ ਆਈ ਵੀ ਨਹੀਂ ਉਹਨਾਂ ਦੀ ਉਹਨਾਂ ਦਾ ਕੁਝ ਹੋਇਆ ਵੀ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਖਿਲਾਫ ਬਿਆਨ ਦੇ ਹੀ ਜਾਂਦੇ ਆ ਬਿਲਕੁਲ ਸਹੀ ਗੱਲ ਆ ਉਹ ਇੱਕੋ ਕਹਾਵਤ ਵੀ ਹੈ ਨਾ ਕਿ ਉਹ ਕਹਿੰਦਾ ਕਿ ਮੁੰਡਾ ਅਜੇ ਹੋਇਆ ਵੀ ਨਹੀਂ ਹੈ ਅਜੇ ਉਹ ਕਪੜੇ ਆਏ ਵੀ ਨਹੀਂ ਹੈਗੇ ਅਜੇ ਫਸਲਾਂ ਹੋਈਆਂ ਵੀ ਨਹੀਂ ਹੈਗੀਆਂ ਤੇ ਜੁਲਾਹੇ ਨਾਲ ਜਾ ਕੇ ਤੁਸੀਂ ਡਾਂਗਾ ਖੜਕਾਨ ਲੱਗ ਪਏ ਹੋ ਕਿ ਤੂੰ ਵਧੀਆ ਕਪੜਾ ਨਹੀਂ ਬੁਣਿਆ ਯਾਰ ਤੂੰ ਮੇਰੇ ਮੁੰਡੇ ਨੂੰ ਵਧੀਆ ਝੱਗਾ ਪੋਣਾ ਸੀ ਉਹ ਤੂੰ ਪਾਏ ਨਹੀਂ ਅਜੇ ਕੱਖ ਹੋਇਆ ਨਹੀਂ ਯਾਰ ਗੱਲ ਸਿਰਫ ਇੰਨੀ ਹੁੰਦੀ ਹੈ ਨਾ ਬਰਨ ਕੇ ਧਿਆਨ ਹਟਾਣਾ ਜੇ ਹੁਣ ਮੰਨ ਲਓ ਮੈਂ ਤੁਹਾਡੀ ਕਮਜ਼ੋਰੀ ਦੱਸਾਂ ਕਿ ਤੁਹਾਡੇ ਚ ਇਹ ਕਮਜ਼ੋਰੀ ਹੈ ਹੁਣ ਤੁਸੀਂ ਇਹ ਲੋਕਾਂ ਦੇ ਸਾਹਮਣੇ ਕਮਜ਼ੋਰ ਨਹੀਂ ਸਿੱਧ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਪਬਲਿਕ ਦਾ ਧਿਆਨ ਭਟਕਾਓਗੇ ਤੁਸੀਂ ਕਿਸੇ ਹੋਰ ਬੰਦੇ ਲੈ ਕੇ ਜਾਓਗੇ ਕਿ ਮੇਰੇ ਵੱਲੋਂ ਧਿਆਨ ਹਟੇ ਇਹ ਗੇਮਸ ਨੇ ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲ ਕਰਦੇ ਰਹਿੰਦੇ ਆ ਕਿ ਇਹਨਾਂ ਗੇਮਸ ਦਾ ਨਤੀਜਾ ਕੀ ਨਿਕਲਣਾ ਹੈ ਨਤੀਜਾ ਤਾਂ ਕੁਝ ਵੀ ਨਹੀਂ ਹੈ ਗੱਲ ਇੰਨੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਪੰਜਾਬ ਵਾਸਤੇ ਹਜੇ ਤੇ ਆਪ ਵਾਲੇ ਨੇ ਸਿਰਫ ਮੂੰਹ ਖੋਲਿਆ ਇਹ ਤਾਂ ਗੱਲਬਾਤ ਸ਼ੁਰੂ ਕੀਤੀ ਹੈ ਤੁਹਾਨੂੰ ਹੁਣੇ ਡਰ ਪੈ ਗਏ ਹੁਣੇ ਫਿਕਰ ਪੈ ਗਈ ਤਾਂ ਕਾਰਗੁਜ਼ਾਰੀ ਦਿਖਾਓ ਨਾ ਕਿ ਅਸੀਂ ਤਾਂ ਇੱਥੇ ਰਾਜ ਕਰਦੇ ਰਹੇ ਹਾਂ ਆ ਦੇਖੋ ਅਸੀਂ ਕੰਮ ਕੀਤੇ ਹੋਏ ਨੇ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਮੈਂ ਕਹਾਵਤ ਅਗਲੀ ਖਬਰ ਦੇ ਨਾਲ ਜੋੜਨ ਲੱਗੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਜੇ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਸਾਡੇ ਤੇ ਬਿਆਨਵਾਜੀ ਝੂਠੀ ਬਿਆਨਵਾਜੀ ਬੰਦ ਨਾ ਕੀਤੇ ਤਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੋ ਜਾਊਗਾ ਨਾ ਤੇ ਕਰੋ ਅੱਗੇ ਹੀ ਪੈਸਾ ਬਹੁਤ ਜਦੋਂ ਆਪਣੀ ਸਰਕਾਰ ਆਉਂਦੀ ਆ ਉਦੋਂ ਜੇਲ੍ਹ ਚ ਚਲਜਿਆ ਕਰਨਾ ਆਪੀ ਮੈਂ ਕਹਿ ਰਿਹਾ ਅੱਗੇ ਪੈਸਾ ਬਹੁਤ ਘਟਦਾ ਜੇਲ੍ਹ ਚ ਜਾ ਕੇ ਬੈਠੋਗੇ ਤੁਹਾਡੇ ਤੇ ਫਿਰ ਖਰਚਾ ਹੋਊਗਾ ਤੁਹਾਨੂੰ ਰੋਟੀਆਂ ਖਵਾਉਣੀਆਂ ਪੈਣਗੀਆਂ ਕੰਮ ਤੁਸੀਂ ਕੋਈ ਕਰਨਾ ਨਹੀਂ ਉੱਥੇ ਕਿਹੜਾ ਕੰਮ ਕਰਨਾ ਤੇ ਅੱਗੇ ਹੀ ਸੋਚੋ ਕਿ ਖਜ਼ਾਨੇ ਦਾ ਅੱਗੇ ਖਾਲੇ ਨੇ ਫਿਰ ਹੋਰ ਸਾਨੂੰ ਕਰਜ਼ਾ ਲੈਣਾ ਪਏਗਾ ਜੇਲ੍ਹ ਦੇ ਜਿਹੜੇ ਬੈਠੇ ਹੋਏ ਨੇ ਲੋਕ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਅਸੀਂ ਡੱਕਿਆ ਹੋਇਆ ਉਹਨਾਂ ਨੂੰ ਰੋਟੀ ਖਵਾਉਣ ਵਾਸਤੇ ਉਹਨਾਂ ਦਾ ਖਰਚਾ ਚਲਾਉਣ ਵਾਸਤੇ ਇਸ ਕਰਕੇ ਜੇਰ ਬਲੋ ਅੰਦੋਲਨ ਇਹ ਸਭ ਇਹਦਾ ਕੋਈ ਮਤਲਬ ਹੈ ਜਾਂ ਤਾਂ ਕਿਸਾਨ ਅੰਦੋਲਨ ਵਰਗਾ ਆਪਸ ਦੇ ਵਿੱਚ ਲੜ ਲੜ ਕੇ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਅਸੀਂ ਦੇਸ਼ ਦੀ ਖਾਤਰ ਲੜ ਰਹੇ ਆ ਖਾਤਰ ਲੜਦੇ ਆ ਮੈਨੂੰ ਤਾਂ ਨਹੀਂ ਲੱਗਦਾ ਕਿਉਂਕਿ ਚੰਨੀ ਸਾਹਿਬ ਹੁਣਾਂ ਨੇ ਆਪ ਤੇ ਸਾਧਿਆ ਨਿਸ਼ਾਨਾ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ ਹੁਣ ਅਕਾਲੀ ਦਲ ਨੇ ਕਹਿਤਾ ਸੀ ਜੇਲਾ ਭਰਨੀਆ ਸ਼ੁਰੂ ਕਰ ਦੇਣੀਆ ਜਿਹੜੇ ਨਵਜੋਤ ਸਿੰਘ ਸਿੱਧੂ ਹੋਣੀਆਂ ਉਹਨਾਂ ਦਾ ਕੋਈ ਪਤਾ ਨਹੀਂ ਕਹਿੰਦੇ ਬੰਦੇ ਦਾ ਦਿਲ ਵੀ ਇੰਨਾ ਸਾਫ਼ ਨਹੀਂ ਹੋਣਾ ਚਾਹੀਦਾ ਜਿੰਨਾ ਨਵਜੋਤ ਸਿੰਘ ਸਿੱਧੂ ਹੋਣਾ ਦਾ ਸਾਫ਼ ਆ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਕਿਨੂੰ ਕੀ ਕਹਿ ਦੇਣਾ ਪਰ ਤੁਹਾਡੀ ਗੱਲ ਬਹੁਤ ਵਧੀਆ ਸੀ ਉਹਨਾਂ ਨੂੰ ਕੌਣ ਕਹੇ ਸੋ ਰਾਜਨੀਤੀ ਦੇ ਵਿੱਚ ਇਦਾਂ ਹਨਾ ਫਿਲਮ ਚੱਲ ਰਹੀ ਆ ਵੱਡੇ ਪਰਦੇ ਦੇ ਉੱਤੇ ਅਸੀਂ ਦੇਖ ਰਹੇ ਹਾਂ ਹੁਣ ਆ ਆ ਗਿਆ ਹੁਣ ਆ ਗਿਆ ਹੁਣ ਆ ਗਿਆ ਹੁਣ ਉਹਨੇ ਆ ਕਿਆ ਹੁਣ ਉਹਨੇ ਆ ਕਿਆ ਸਿੱਟਾ ਜਿਹੜਾ ਦਾ ਐਂਡ ਲਿਖੇ ਆ ਜਾਣਾ ਕਮਾਈ ਜਿਹੜੀ ਹੈ ਫਿਲਮ ਵਾਲਿਆਂ ਨੇ ਕਰਕੇ ਲੈ ਜਾਣੀ ਅਸੀਂ ਟਿਕਟ ਖਰਚ ਕੇ ਫਿਲਮ ਦੇਖਣ ਵਾਲੇ ਬਣ ਜਾਨੇ ਉਹੀ ਗੱਲ ਹੁਣ ਇੱਥੇ ਸਿਆਸਤ ਚੋਰੀ ਅਸੀਂ ਵੋਟਾਂ ਪਾ ਕੇ ਇੱਕ ਫਿਲਮ ਦੇਖ ਰਹੇ ਹਾਂ 5 ਸਾਲ ਬਾਅਦ ਇਹਨਾਂ ਨੇ ਦਾ ਐਂਡ ਕਰਕੇ ਚਲੇ ਜਾਣਾ ਨਵੇਂ ਕਰਦਾਰ ਪਰਦੇ ਤੇ ਆ ਜਾਣੇ ਹੁਣ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਅੰਦੋਲਨ ਸ਼ੁਰੂ ਕਰਨਾ ਜੇਲ੍ਹਾਂ ਪਰ ਹੁੰਦਾ ਤੁਸੀਂ ਕਿੰਨੇ ਕੁ ਸੀਰੀਅਸਲੀ ਲੈ ਰਹੇ ਹੋ ਇਸ ਗੱਲ ਕੋਈ ਵੀ ਸੀਰੀਅਸਲੀ ਨਹੀਂ ਲੈ ਰਿਆ ਕਿਸਾਨ ਅੰਦੋਲਨ ਦੀ ਗੱਲ ਕਰੋ ਨਾ ਉਹ ਸੀਰੀਅਸ ਤੁਸੀਂ ਦੇਖੋ ਇਹ ਤਾਂ ਮੈਂ ਕਾਫੀ ਟਾਈਮ ਤੋਂ ਦੇਖਦੀ ਆਈਆਂ ਜਦੋਂ ਕਿਤੇ ਪੰਜਾਬ ਸੈਸ਼ਨ ਚੱਲਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਹੁੰਦੇ ਆ ਦੂਜੀਆਂ ਪਾਰਟੀਆਂ ਵਾਲੇ ਬੈੰਦੇ ਆ ਸੁਣਦੇ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਨਹੀਂ ਹੁੰਦੀ ਇਹ ਸੈਸ਼ਨ ਦੇ ਬਾਹਰ ਰੌਲਾ ਰੱਪਾ ਪਾਉਣ ਲੱਗ ਜਾਂਦੇ ਆ ਕਾਲੇ ਬਿੱਲੇ ਜੇ ਪਾ ਕੇ ਜਿਹਨੂੰ ਆਪਾਂ ਐਪਰੇਨ ਕਹਿੰਦਾ ਆ ਉਹ ਪਾ ਕੇ ਵਿਰੋਧ ਕਰਨ ਲੱਗ ਜਾਂਦੇ ਆ ਸੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਿਰੋਧ ਕਰਦਾ ਰਿਹਾ ਇੱਥੇ ਕੋਈ ਸ਼ੱਕ ਨਹੀਂ ਇੱਕ ਦੂਜੇ ਦਾ ਵਿਰੋਧ ਕਰਨਾ ਹੈ ਇਹਨਾਂ ਨੇ ਮਤਲਬ ਮੈਂ ਉਹ ਹੀ ਕਹਿ ਰਿਹਾ ਨਾ ਆਪਾਂ ਜਦੋਂ ਪਹਿਲਾਂ ਵੀ ਡਿਸਕਸ਼ਨਸ ਕਰਦੇ ਆ ਆਪਾਂ ਇਹ ਕਹਿੰਦੇ ਆ ਕਿ ਇਹਨਾਂ ਨੇ ਉਹੀ ਕਰਨਾ ਹੈ ਜੋ ਆਲਰੇਡੀ ਕਰਦੇ ਆ ਰਹੇ ਨੇ ਪਿਛਲੇ 70-75 ਸਾਲਾਂ ਤੋਂ ਅਸੀਂ ਇਹ ਤਮਾਸ਼ੇ ਦੇਖ ਰਹੇ ਆਏ ਤਮਾਸ਼ੇ ਇਦਾਂ ਹੀ ਚੱਲਦੇ ਨੇ ਹੁਣ ਕੀ ਚਾਹੀਦਾ ਹੈ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਇੱਕ ਯੰਗ ਜਨਰੇਸ਼ਨ ਯੰਗ ਥਾਟਸ ਦੇ ਨਾਲ ਯੰਗ ਸੋਚ ਦੇ ਨਾਲ ਯੰਗ ਵਿਜਨ ਦੇ ਨਾਲ ਅੱਗੇ ਆਵੇ ਇੱਕ ਬਦਲ ਮਿਲੇ ਸਾਨੂੰ ਜਿਹਦੇ ਨਾਲ ਅਸੀਂ ਵੇਖ ਸਕੀਏ ਉਮੀਦ ਦੇ ਨਾਲ ਜਿਸ ਦੇ ਨਾਲ ਅਸੀਂ ਵਾਕਈ ਇੱਕ ਸੁਨਹਿਰੇ ਫਿਊਚਰ ਦਾ ਖੁਆਬ ਦੇਖ ਸਕੀਏ ਕਿਉਂਕਿ ਅਸੀਂ ਖੁਆਬ ਦੇਖਣਾ ਭੁੱਲ ਗਏ ਹਾਂ ਸੁਪਨੇ ਵੇਖਣਾ ਭੁੱਲ ਗਏ ਹਾਂ ਕੋਈ ਤਾਂ ਐਸਾ ਆਵੇ ਜਿਹੜਾ ਕਹੇ ਕਿ ਸੁਪਨੇ ਦੇਖੋ ਯਾਰ ਸੁਪਨੇ ਦੇਖੋਗੇ ਤਾਂ ਹੀ ਸੱਚ ਹੋਣਗੇ ਨਾ ਤੇ ਅਸੀਂ ਸੁਪਨੇ ਦੇਖਣੇ ਕਿਉਂ ਭੁੱਲ ਗਏ ਆ ਕਿਉਂਕਿ ਸਾਨੂੰ ਉਮੀਦ ਨਹੀਂ ਰਹਿ ਗਈ ਸੀ ਕਿ ਇਹਨਾਂ ਨੇ ਕਿ ਇਹ ਹੀ ਖੋਖਲੀਆਂ ਗੱਲਾਂ ਤੇ ਖੋਖਲੇ ਕੰਮ ਹੋਣਾ ਹਵਾਣਾ ਕੁਝ ਨਹੀਂ ਇਹਨਾਂ ਨੇ ਸਿਰਫ ਆਪਣਾ ਫਾਇਦਾ ਦੇਖਣਾ ਹੈ ਆਪਣੀ ਜੇਬ ਗਰਮ ਕਰਨੀ ਹੈ ਤੇ ਜਿਹੜੇ ਇਹਨਾਂ ਦੇ ਨਾਲ ਸਪੋਰਟਰਸ ਨੇ ਉਹਨਾਂ ਦੇ ਫਾਇਦੇ ਹੋਣੇ ਨੇ ਬਾਕੀ ਆਮ ਪਬਲਿਕ ਉੱਥੇ ਹੀ ਰਹਿਣੀ ਜਿੱਥੇ ਤੱਕ ਹੈਗੀ ਆ ਉਹ ਕਿਉਂਕਿ ਆਮ ਪਬਲਿਕ ਜੇ ਉੱਤੇ ਉੱਠਦੀ ਆ ਉੱਤੇ ਅੱਗੇ ਆਉਂਦੀ ਆ ਤਾਂ ਫਿਰ ਇਹਨਾਂ ਦੀ ਕੁਰਸੀ ਜਾਂਦੀ ਹੈ ਕਿਉਂ ਕੋਈ ਨਾ ਕੋਈ ਹੋਰ ਚਿਹਰਾ ਸਾਹਮਣੇ ਆਊਗਾ ਕੋਈ ਨਾ ਕੋਈ ਹੋਰ ਕਾਬਿਲ ਬੰਦਾ ਸਾਹਮਣੇ ਆਏਗਾ ਫਿਰ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਸੋ ਕਿਸੇ ਹੋਰ ਨੂੰ ਅੱਗੇ ਨਾ ਆਣ ਦਿਓ ਅਸੀਂ ਅੱਗੇ ਰਹੀਏ ਐਸੀ ਮਾਰਕੀਟਿੰਗ ਐਸੀ ਪਬਲਿਸਿਟੀ ਦੀ ਗੇਮ ਖੇਡੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਮੈਂ ਹੀ ਮੈਂ ਦਿਖਣਾ ਚਾਹੀਦਾ ਹੋਰ ਕੋਈ ਦਿਖਣਾ ਨਹੀਂ ਚਾਹੀਦਾ ਠੀਕ ਹੈ ਤੁਸੀਂ ਦਿਖੋ ਹੋਰ ਕੋਈ ਨਾ ਦਿਖੇ ਪਰ ਗੱਲ ਇਹ ਹੈ ਕਿ ਤੁਸੀਂ ਜੇ ਦਿਖੋ ਤਾਂ ਉਹਦਾ ਸਭ ਨੂੰ ਲਾਭ ਕੀ ਹੈ ਅਗਲੀ ਖਬਰ ਹੈ ਜੀ ਕਿ ਐਜੂਕੇਸ਼ਨ ਸੈਂਟਰ ਤੋਂ ਕਿਉਂਕਿ ਆਪ ਨੇ ਜੋ ਆਮ ਆਦਮੀ ਪਾਰਟੀ ਹੈ ਉਹਨੇ ਉਹ ਤਾਂ ਬਹੁਤ ਗੁਨਾਹ ਕਰਦੇ ਨਾ ਪਿਛਲੇ 70 ਸਾਲਾਂ ਤੋਂ ਰਾਜ ਕਰ ਰਹੀ ਆ ਬਿਲਕੁਲ ਮਨੇ ਗੁਨਾਹਾਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਐਸੀ ਐਸੀ ਕਿਸੇ ਨੂੰ ਸਪੋਰਟ ਨਹੀਂ ਕਰ ਰਹੇ ਹਾਂ ਬਿਲਕੁਲ ਅਸੀਂ ਸਿਰਫ ਆਪਣੇ ਪੰਜਾਬ ਨੂੰ ਸਪੋਰਟ ਕਰ ਰਹੇ ਹਾਂ ਆਪਣੇ ਦੇਸ਼ ਨੂੰ ਸਪੋਰਟ ਕਰ ਰਹੇ ਹਾਂ ਲੋਕਾਂ ਨੂੰ ਸਪੋਰਟ ਕਰ ਰਹੇ ਹਾਂ ਹੁਣ ਉਹਨਾਂ ਨੇ ਕਿਹਾ ਕਿ ਤੁਹਾਡਾ ਐਜੂਕੇਸ਼ਨ ਸਿਸਟਮ ਪੰਜਾਬ ਦਾ ਐਜੂਕੇਸ਼ਨ ਸਿਸਟਮ ਠੀਕ ਨਹੀਂ ਹੈ ਉਹ ਆਪਣੇ ਦਿੱਲੀ ਦੇ ਸਕੂਲਾਂ ਨਾਲ ਉਹਨਾਂ ਦੀ ਤੁਲਨਾ ਕਰ ਰਹੇ ਨੇ ਪ੍ਰਗਟ ਸਿੰਘ ਸਾਹਿਬ ਨੇ ਕਿਹਾ ਹੈ ਕਿ ਆંકੜੇ ਦਿਖਾਓ ਜੀ ਸਾਡੇ ਸਕੂਲ ਦੇ ਆંકੜੇ ਇਹ ਕਹਿੰਦੇ ਨੇ ਸਾਡਾ ਇਨਫਰਾਸਟ੍ਰਕਚਰ ਆંકੜੇ ਇਹ ਕਹਿੰਦੇ ਨੇ ਹੁਣ ਜਿਹੜੇ ਆંકੜੇ ਨੇ ਨਾ ਸਟੈਟਿਸਟਿਕਸ ਨੇ ਇਹ ਹਮੇਸ਼ਾ ਬੰਦੇ ਨੂੰ ਘਮਾਉਂਦੇ ਨੇ ਆંકੜੇ ਹੋ ਗਏ ਮਾਡਲ ਹੋ ਗਏ ਇਹ ਦਿਮਾਗ ਨੂੰ ਘਮਾਉਂਦੇ ਨੇ ਅਸਲੀ ਚੀਜ਼ ਦੇਖੋ ਨਾ ਸਾਹਮਣੇ ਦੇਖਦੇ ਪਿਆ ਤੁਹਾਡੇ ਅਸੀਂ ਤਾਂ ਕਿਤੇ ਲੰਘਦੇ ਹੀ ਨਹੀਂ ਗਲੀਆਂ ਦੇ ਵਿੱਚ ਹੁਣ ਮੈਂ ਪੰਜਾਬ ਦੇ ਕੁਝ ਸਕੂਲਾਂ ਬਾਰੇ ਇਦਾਂ ਜਾਣਦੀ ਆ ਜਿਹੜੇ ਐਨਆਰਆਈਜ਼ ਨੇ ਪੈਸੇ ਪਾ ਕੇ ਸਕੂਲ ਦਾ ਇਨਫਰਾਸਟ੍ਰਕਚਰ ਬਣਾਇਆ ਐਨਆਰਏ ਨੇ ਪੈਸੇ ਪਾ ਕੇ ਸਕੂਲ ਨੂੰ ਪੇਂਟ ਕਰਾਇਆ ਕਈ ਸਕੂਲ ਇਦਾਂ ਦੇ ਜਿੱਥੇ ਏਡਾ ਏਡਾ ਘਾਹ ਉੱਗਿਆ ਪਿਆ ਆ ਉੱਥੇ ਬੱਚੇ ਕੰਮ ਕਰਦੇ ਨੇ ਜਿਹੜੀ ਟਰੀ ਪਲਾਂਟੇਸ਼ਨ ਦਾ ਜਾਂ ਹੋਰ ਮਾਲੀ ਤਾਂ ਇਹਨਾਂ ਕੋਲ ਹੈ ਨਹੀਂਗੇ ਬਿਲਕੁਲ ਸਹੀ ਆ ਹਾਂ ਨਾ ਗੱਲ ਇਹ ਹੈ ਸਟਾਫ ਪੂਰਾ ਨਹੀਂ ਸਟਾਫ ਨਹੀਂ ਪੂਰਾ ਸਟਾਫ ਤਾਂ ਵਿਚਾਰਾ ਬੋਟਾਂ 'ਚ ਨਹੀਂ ਕੰਮ ਆਉਣਾ ਬੱਚੇ ਨੂੰ ਪੜਾ ਕੇ ਆਪਾਂ ਕੀ ਕਰਨਾ ਹੈ ਕੁਝ ਵੀ ਨਹੀਂ ਕਰਨਾ ਸਟਾਫ ਜਿਹੜਾ ਬੋਟਾਂ 'ਚ ਜ਼ਰੂਰੀ ਹੈ ਆਨਲਾਈਨ ਹੁਣ ਪੜਾਈ ਹੁੰਦੀ ਰਹੀ ਕੋਵਿਡ ਦੇ ਦੌਰਾਨ ਉਹ ਕਿੰਨੇ ਕੁ ਜ਼ਿਆਦਾ ਫਾਇਦੇਮੰਦ ਹੋਈ ਹੈ ਬੱਚਿਆਂ ਦਾ ਹਾਲ ਦੇਖੇ ਕਿੱਦਾਂ ਦੀ ਉਹਦੀ ਸਟੱਡੀ ਦਾ ਲੈਵਲ ਚਲਾ ਗਿਆ ਉਹਨਾਂ ਨੂੰ ਕੱਖ ਸਮਝ ਨਹੀਂ ਆਉਂਦਾ ਇਹ ਗੱਲ ਕਿਸੇ ਤੋਂ ਨਹੀਂ ਲਿਖੀ ਹੋਈ ਜਿਹੜੇ ਸਰਕਾਰੀ ਸਕੂਲ ਨੇ ਨਾ ਪੰਜਾਬ ਦੇ ਜ਼ਿਆਦਾਤਰ ਗਰੀਬ ਤਬਕੇ ਦੇ ਬੱਚੇ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਆ ਸੋ ਕਈ ਪੇਰੈਂਟਸ ਦੇ ਕੋਲ ਤਾਂ ਮੋਬਾਈਲ ਵੀ ਨਹੀਂ ਸੀ ਜਿਹੜਾ ਆਪਣੇ ਬੱਚਿਆਂ ਨੂੰ ਆਨਲਾਈਨ ਕਲਾਸਿਸ ਦਿਵਾ ਸਕਦੇ ਸੋ ਉਹਦਾਂ ਦਾ ਕੋਈ ਹੈ ਨਹੀਂ ਢਾਂਚਾ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਉਤਸ਼ਾਹਿਤ ਕੋਸ਼ਿਸ਼ ਕੀਤਾ ਜਾ ਸਕੇ ਹੈਨਾ ਕਹਿੰਦੇ ਨੇ ਕਿ ਜਿਹੜੀ ਇਹ ਨਾ ਬਰਾਬਰੀ ਹੈ ਨਾ ਸਮਾਜ 'ਚ ਇਹਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਐਜੂਕੇਸ਼ਨ ਸਿੱਖਿਆ ਦੇ ਰਾਹੀਂ ਅਸੀਂ ਨਾ ਬਰਾਬਰੀ ਦੂਰ ਕਰ ਸਕਦੇ ਹਾਂ ਪਰ ਇੱਥੇ ਸਿੱਖਿਆ ਦੇ ਵਿੱਚ ਹੀ ਨਾ ਬਰਾਬਰੀ ਹੈ ਕਿਸੇ ਨੂੰ ਆਲਾ ਦਰਜੇ ਦੀ ਸਿੱਖਿਆ ਹੈ ਕਿਸੇ ਕੋਲ ਤੁਹਾਡੀ ਗੱਲ ਮੋਬਾਈਲ ਫੋਨ ਹੀ ਨਹੀਂ ਆਨਲਾਈਨ ਪੜਾ ਰਹੇ ਉਹਨੇ ਪੜਨਾ ਕੀ ਹੈ ਅੱਜ ਦੀ ਡੇਟ 'ਚ ਤੁਸੀਂ ਕਿਸੇ ਬੱਚੇ ਨੂੰ ਪੁੱਛ ਕੇ ਦੇਖੋ ਸਿਰਫ 5% ਬੱਚੇ ਐਸੇ ਹੋਣਗੇ ਜਿਹੜੇ ਪ੍ਰਾਈਵਟ 'ਚ ਖੜੇ ਹੋਣਗੇ 95% ਦਾ ਹਾਲ ਬਹੁਤ ਬੁਰਾ ਹੈ ਔਰ ਹਾਲ ਇੱਥੇ ਤੱਕ ਹੈ ਆਨਲਾਈਨ ਪੜਾਈ ਦਾ ਕਿ ਮਾਂ-ਬਾਪ ਖੁਦ ਆਪਣੇ ਬੱਚੇ ਦੇ ਅਸਾਈਨਮੈਂਟਸ ਕੰਪਲੀਟ ਕਰਦੇ ਪਏ। ਦੱਸੋ ਜਿਹੜੇ ਬੱਚੇ ਨੂੰ ਖੁਦ ਕਰਨੇ ਚਾਹੀਦੇ ਨੇ ਤੁਸੀਂ ਬੱਚੇ ਦੀ ਸਪੋਰਟ ਕਰਦੇ ਪਏ ਹੋ ਕਿ ਬੱਚੇ ਦਾ ਵਿਕ ਤੁਸੀਂ ਖਰਾਬ ਕਰਦੇ ਪਏ ਹੋ। ਤੁਸੀਂ ਆਪ ਕਿਉਂ ਮਾਪੇ ਹੋਣ ਦੇ ਨਾਤੇ ਬੱਚੇ ਦੇ ਪੇਪਰ ਤੁਸੀਂ ਕਿਉਂ ਹੱਲ ਕਰਦੇ ਪਏ ਹੋ ਆਨਲਾਈਨ? ਕਿ ਤੁਹਾਡੇ ਬੱਚੇ ਦੇ ਮਾਰਕਸ ਆ ਜਾਣ, ਅੱਛੇ ਗ੍ਰੇਡਸ ਆ ਜਾਣ ਪਰ ਉਹ ਬੱਚਾ ਜ਼ਿੰਦਗੀ 'ਚ ਕਰੇਗਾ ਕਿ ਜਿਹਦੀ ਨੀ ਹੀ ਕਮਜ਼ੋਰ ਹੈ ਉਹਦੇ ਉੱਤੇ ਪੱਕੀ ਇਮਾਰਤ ਕਦੀ ਖੜੀ ਨਹੀਂ ਹੋ ਸਕਦੀ। ਸੰਜੀਪ ਖੰਨਾ ਜੀ ਕਹਿੰਦੇ ਆ ਕਿ ਅੱਗੇ ਹਨਾ ਮਤਲਬ ਜਿਹੜੇ ਪੁਰਾਣੇ ਸਮੇਂ ਦੇ ਸਕੂਲ ਹੁੰਦੇ ਸੀ ਉੱਥੇ ਬੱਚੇ ਨੂੰ ਜਦੋਂ ਪੜਨ ਪਾਇਆ ਜਾਂਦਾ ਸੀ ਨਾ ਉਹ ਸਿਖਾਉਂਦਾ ਸੀਗਾ ਕਿ ਵੱਡਿਆਂ ਦਾ ਆਦਰ ਕਿੱਦਾਂ ਕਰਨਾ ਛੋਟਿਆਂ ਦੇ ਨਾਲ ਮੁਹੱਬਤ ਕਿੱਦਾਂ ਕਰਨੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੌਲੀ-ਹੌਲੀ ਥੋੜਾ-ਥੋੜਾ ਸਿਲੇਬਸ ਕਰਕੇ ਪੜਾਇਆ ਜਾਂਦਾ ਸੀ ਉਹਨਾਂ ਨੂੰ ਜੀਵਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ ਫਿਰ ਪੁਰਾਣੇ ਸਮਿਆਂ ਦੇ ਸਕੂਲਾਂ ਜਿਹੜੇ ਬੱਚੇ ਪੜਿਆ ਉਹ ਕਦੇ ਵੀ ਆਪਣੇ ਮਾਪੇ ਤੋਂ ਦੂਰ ਨਹੀਂ ਰਹਿੰਦੇ ਆਪਣੇ ਮਾਪੇ-ਬਾਪ ਦੇ ਨਾਲ ਰਹਿ ਕੇ ਉਹਨਾਂ ਨੇ ਤਰੱਕੀਆਂ ਕੀਤੀਆਂ ਹੁਣ ਦੇ ਜਿਹੜੇ ਸਕੂਲਸ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਉਹਨਾਂ ਦਾ ਮੰਡੇ ਤੋਂ ਸੈਚ ਦੇ ਤੱਕ ਟਿਫਨ ਹੁੰਦਾ ਆ ਇਦਣ ਤੁਸੀਂ ਆਹ ਖਾਣ ਨੂੰ ਪਾਉਣਾ ਆਹ ਖਾਣ ਨੂੰ ਪਾਉਣਾ ਆਹ ਖਾਣ ਨੂੰ ਪਾਉਣਾ ਇਦਣ ਇਦਣ ਤੁਸੀਂ ਆਹਾ ਕੱਪੜੇ ਪਾਉਣੇ ਆ ਠੀਕ ਆ ਫਿਰ ਨਾਲ ਦੇ ਨਾਲ ਸਿਲੇਬਸ ਕੰਪਲੀਟ ਕਰਨ ਦਾ ਜ਼ੋਰ ਲੱਗਾ ਹੁੰਦਾ ਕਿ ਫੁਲਾਨੇ ਸਕੂਲ ਨੇ ਕਿੰਨੀਆਂ ਐਕਟੀਵਿਟੀਆਂ ਕਰ ਲਈਆਂ ਸਾਡੇ ਸਕੂਲ ਦੀਆਂ ਐਕਟੀਵਿਟੀਆਂ ਕਿੰਨੀਆਂ ਹੋਈਆਂ ਇਹਨਾਂ ਦੇ ਇੰਟਰਨੈਸ਼ਨਲ ਟੂਰਸ ਕਿੰਨੇ ਹੋਏ ਸਾਡੇ ਸਕੂਲ ਦੇ ਇੰਟਰਨੈਸ਼ਨਲ ਟੂਰਸ ਕਿੰਨੇ ਹੋਏ ਤੁਸੀਂ ਦੇਖੋ ਅੱਜ ਕੱਲ ਦੇ ਸਕੂਲਸ ਦੇ ਵਿੱਚ ਪੜੇ ਹੋਏ ਬੱਚੇ ਆਪਣੇ ਘਰਾਂ ਤੋਂ ਬਾਹਰ ਇੰਨਾ ਜ਼ਿਆਦਾ ਚਲੇ ਜਾਂਦੇ ਕਿ ਆਪਣੇ ਮਾਪੇ ਬਾਬ ਨੂੰ ਵੀ ਨਾਲ ਰੱਖ ਕੇ ਰਾਜ਼ੀ ਨਹੀਂ ਹੈਗੇ ਅੱਗੇ ਸਕੂਲਾਂ ਦੇ ਵਿੱਚ ਸਵੇਰ ਨੂੰ ਜਿਹੜੀ ਪ੍ਰੇਅਰ ਕਰਾਈ ਜਾਂਦੀ ਸੀ ਉਹ ਕਿਤੇ ਨਾ ਕਿਤੇ ਧਾਰਮਿਕ ਭਾਵਨਾ ਦੇ ਨਾਲ ਜੁੜੀ ਹੋਈ ਕਰਾਈ ਜਾਂਦੀ ਸੀ ਹੁਣ ਬੱਚਿਆਂ ਨੂੰ ਸਕੂਲ ਦੇ ਵਿੱਚ ਉਹ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ ਹੁਣ ਸਿੱਖਿਆ ਸਿਰਫ ਕਮਰਸ਼ੀਅਲ ਐਜੂਕੇਸ਼ਨ ਹੋ ਕੇ ਰਹਿ ਗਈ ਆ ਕਿ ਤੁਸੀਂ ਵੱਡੇ ਹੋ ਕੇ ਆ ਬਣਨਾ ਠੀਕ ਹੈ ਇੰਨੀ ਤੁਹਾਡੀ ਸੈਲਰੀ ਹੋਣੀ ਆ ਤੁਹਾਨੂੰ ਆ ਪੈਕੇਜ ਲੱਗਣੇ ਆ ਇੱਕ ਮਸ਼ੀਨਾਂ ਅਸੀਂ ਸਕੂਲਸ ਦੇ ਵਿੱਚ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੇਖੋ ਅੱਗੇ ਸਕੂਲਸ ਦੇ ਵਿੱਚ ਕਿਹੜਾ ਨਹੀਂ ਸੀ ਹੁੰਦਾ ਕਿ ਟੀਚਰ ਨਹੀਂ ਸੀ ਦੱਸਦੇ ਤੁਸੀਂ ਵੱਡੇ ਹੋ ਕੇ ਕੀ ਬਣੋ ਸਾਡੇ ਦੁਨੀਆ ਦੇ ਸਭ ਤੋਂ ਵੱਡੇ ਅਰਥਸ਼ਾਸਤਰੀ ਮੈਂ ਉਹਨਾਂ ਨੂੰ ਕਹਾਂਗੀ ਅਮਰੀਕਾ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੀ ਉਹਨਾਂ ਦਾ ਲੋਹਾ ਮੰਨਦੇ ਨੇ ਡਾਕਟਰ ਮਨਮੋਹਨ ਸਿੰਘ ਬਿਲਕੁਲ ਬਰਾਕ ਓਬਾਮਾ ਹੋਣੀ ਵੀ ਡਾਕਟਰ ਮਨਮੋਹਨ ਸਿੰਘ ਹੋਣਾ ਤੋਂ ਸਲਾਹ ਲੈਂਦੇ ਹੁੰਦੇ ਸੀ ਅਮਰੀਕਾ ਨੇ ਵੀ ਉਸ ਟਾਈਮ ਕਹਿਆ ਸੀਗਾ ਕਿ ਡਾਕਟਰ ਮਨਮੋਹਨ ਸਿੰਘ ਵਰਗਾ ਅਰਥਸ਼ਾਸਤਰੀ ਕੋਈ ਨਹੀਂ ਹੋ ਸਕਦਾ ਹਨਾ ਸੋ ਉਹ ਇੱਕ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਡਾਕਟਰ ਏ ਪੀ ਜੀ ਅਬਦੁਲ ਕਲਾਮ ਉਹ ਵੀ ਇੱਕ ਸਰਕਾਰੀ ਸਕੂਲ ਦੇ ਉਹ ਤਾਂ ਸਟਰੀਟ ਲਾਈਟਸ ਦੇ ਵਿੱਚ ਪੜੇ ਹੋਏ ਨੇ ਉਦੋਂ ਹੁੰਦੀ ਸਰਕਾਰੀ ਸਕੂਲ ਸੀ ਸੋ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਛੋਟੇ ਸਕੂਲਾਂ ਦੇ ਵਿੱਚ ਪੜ ਕੇ ਤੁਹਾਨੂੰ ਉਹ ਫਿਊਚਰ ਨਹੀਂ ਮਿਲ ਸਕਦਾ ਬਸ ਫਰਕ ਇਹਨਾ ਹੋ ਗਿਆ ਕਿ ਅੱਗੇ ਕਨਸਨਟ੍ਰੇਸ਼ਨ ਸਰਕਾਰ ਦਾ ਸਕੂਲਾਂ ਦੇ ਵੱਲ ਹੁੰਦਾ ਸੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸਕੂਲਾਂ ਨੂੰ ਚਲਾਉਣਾ ਟੀਚਰਜ਼ ਦਾ ਰਵਈਆ ਹੋਰ ਹੁੰਦਾ ਸੀ ਹੁਣ ਨਾ ਪ੍ਰੂਰਾ ਸਟਾਫ ਹੈ ਜਿਹੜੇ ਟੀਚਰਜ਼ ਭਰਤੀ ਹੋਣ ਤੋਂ ਬੈਠੇ ਆ ਰੋਜ਼ ਉਹ ਡਾਂਗਾ ਖਾ ਰਹੇ ਨੇ ਟੀਚਰ ਜਿਹੜੇ ਗੱਲ ਫੇਰ ਉੱਥੇ ਆ ਗਈ ਕਿ ਵੋਟਾਂ ਤੇ ਉਹਨਾਂ ਦੀ ਡਿਊਟੀ ਲੱਗੀ ਰਹਿੰਦੀ ਹੈ ਸੋ ਜਿਹੜੇ ਇੰਟਰਨੈਸ਼ਨਲ ਸਕੂਲਸ ਇੰਨੇ ਜ਼ਿਆਦਾ ਆ ਗਏ ਨੇ ਉੱਥੇ ਯਾ ਯਾ ਹੈ ਹੈ ਫਾ ਫਾ ਇੰਨੀ ਹੋਣ ਲੱਗ ਗਈ ਆ ਕਿ ਹਰ ਕੋਈ ਬੰਦਾ ਦੇਖੋ ਕਹਿੰਦੇ ਸਰਕਾਰੀ ਸਕੂਲ ਚ ਪੜਨਾ ਕੋਈ ਨਹੀਂ ਚਾਹੁੰਦਾ ਸਰਕਾਰੀ ਨੌਕਰੀ ਹਰ ਬੰਦਾ ਚਾਹੁੰਦਾ ਜਿੰਨੇ ਗਵਰਨਮੈਂਟ ਟੀਚਰਜ਼ ਨੇ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਸ ਦੇ ਵਿੱਚ ਪੜ੍ਹਦੇ ਨੇ ਗੱਲ ਇਹ ਹੈ ਕਿ ਸਭ ਤੋਂ ਵੱਡਾ ਅਰਥਸ਼ਾਸਤਰੀ ਹੁਣ ਸਾਡੇ ਹਿਸਟਰੀ ਦੇ ਵਿੱਚ ਚਾਣਕ્ય ਹੈ ਬਿਲਕੁਲ ਕਿੰਨੇ ਕ ਕਾਲਜ ਦੇ ਦੇ ਵਿੱਚ ਕਿੰਨੇ ਕ ਸਕੂਲਸ ਦੇ ਵਿੱਚ ਚਾਣਕ્ય ਬਾਰੇ ਪੜਾਇਆ ਜਾਂਦਾ ਬਿਲਕੁਲ ਨਹੀਂ ਸਾਡਾ ਫੋਰਨ ਦੇ ਅਰਥਸ਼ਾਸਤਰੀ ਸੀਬੀਐਸਸੀ ਤਾਂ ਕਹਿੰਦੀ ਜੀ ਪੰਜਾਬੀ ਮਕਾ ਦਿਓ ਆਪਣੇ ਮੂਲ ਨਾਲੋਂ ਤੋੜ ਕੇ ਤੁਸੀਂ ਬੱਚਿਆਂ ਦੀ ਤਰੱਕੀ ਭਾਲਦੇ ਹੋ ਉਹ ਇੱਕ ਤਰੱਕੀ ਤਾਂ ਹੋ ਸਕਦੀ ਹੈ ਪਰ ਇੱਕ ਮਸ਼ੀਨ ਦੀ ਤਰੱਕੀ ਹੋ ਸਕਦੀ ਹੈ ਇੱਕ ਇਨਸਾਨ ਦੀ ਤਰੱਕੀ ਨਹੀਂ ਹੋ ਸਕਦੀ ਅਸੀਂ ਹਮੇਸ਼ਾ ਵਿਦੇਸ਼ੀ ਜੋ ਸਕਾਲਰਸ ਨੇ ਵਿਦੇਸ਼ੀ ਤੋਂ ਸਾਇੰਟਿਸਟ ਨੇ ਜਾਂ ਵਿਦੇਸ਼ੀ ਜੋ ਇਕਨੋਮਿਸਟ ਨੇ ਉਹਨਾਂ ਨੂੰ ਪੜਦੇ ਆ ਚਣਕਯੇ ਦੀ ਸਟੱਡੀ ਕਿਤੇ ਨਹੀਂ ਆਂਦੀ ਹੈ ਹੁਣ ਬਹੁਤ ਘੱਟ ਕਿਤੇ ਨਾ ਕਿਤੇ ਇੰਟਰੋਡਿਊਸ ਹੋ ਰਹੀ ਹੈ ਹਾਲਾਂਕਿ ਬਾਹਰ ਦੇ ਮੁਲਕ ਇਸ ਚੀਜ਼ ਨੂੰ ਮੰਨਦੇ ਨੇ ਸੋ ਦੂਸਰੀ ਗੱਲ ਉਹਨਾਂ ਨੂੰ ਸਾਡੇ ਭਾਰਤ ਦਾ ਸਟਰਕਚਰ ਨਹੀਂ ਪਤਾ ਅਸੀਂ ਵਿਦੇਸ਼ੀ ਮਾਡਲ ਲੈ ਕੇ ਇੰਡੀਆ ਨੂੰ ਤਰੱਕੀ ਦੇ ਰਾਹ ਤੇ ਕਦੀ ਲੈਗੇ ਹੀ ਨਹੀਂ ਜਾ ਸਕਦੇ ਕਿਉਂਕਿ ਸਾਡੀ ਸੋਚ ਅਲੱਗ ਹੈ ਮਾਡਲ ਤਾਂ ਸਕਸੈਸਫੁਲ ਹੋਏਗਾ ਜੇ ਪਬਲਿਕ ਨਾਲ ਤੁਰੇਗੀ ਪਬਲਿਕ ਨੂੰ ਤਾਂ ਤੁਹਾਡੀ ਗੱਲ ਹੀ ਸਮਝ ਨਹੀਂ ਆਉਂਦੀ ਕਿਉਂ ਕਿਉਂਕਿ ਉਹ ਵਿਦੇਸ਼ੀ ਮਾਡਲ ਹੈ ਸਾਡਾ ਦੇਸੀ ਮਾਡਲ ਚਾਹੀਦਾ ਹੈ ਦੇਸੀ ਤਰੀਕਾ ਚਾਹੀਦਾ ਹੈ ਪੁਰਾਣੀ ਜੋ ਵੈਦਿਕ ਸਭਿਤਾ ਹੈ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਸੀ ਦਾਦੇ ਦਾਦੀਆਂ ਤੇ ਨਾਨੇ ਨਾਨੀਆਂ ਨਾਲ ਪੜੇ ਹੋਏ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਉਹਨਾਂ ਮੁਹੱਬਤਾਂ ਬਾਰੇ ਪਤਾ ਹੈ ਬੱਚੇ ਨੂੰ ਸਟਾਰਟਿੰਗ 'ਚ ਬੋਰਡਿੰਗ ਸਕੂਲ ਪਾ ਦਿਓਗੇ ਔਰ ਸਵੇਰ ਨੂੰ ਸਕੂਲ ਚਲਿਆ ਜਾਂਦਾ ਸ਼ਾਮ ਨੂੰ ਟਿਊਸ਼ਨ ਚਲਿਆ ਜਾਂਦਾ ਫਰੈਂਡਸ ਦੇ ਨਾਲ ਪਾਰਟੀਆਂ ਤੇ ਚਲਿਆ ਜਾਂਦਾ ਜੋ ਆਪਣੇ ਦਾਦੇ ਦਾਦੀਆਂ ਦੇ ਕੋਲ ਨਾਨੇ ਨਾਨੀਆਂ ਦੇ ਕੋਲ ਨਹੀਂ ਬੈਠੇਗਾ ਕੱਲੂ ਉਹਨੂੰ ਨਹੀਂ ਆਦਤ ਪੈਗੀ ਇੱਕ ਫੈਮਲੀ ਦੇ ਵਿੱਚ ਬੈਠਣ ਦੀ ਉਹਨਾਂ ਨੂੰ ਇੱਦਾਂ ਲੱਗੇਗਾ ਕਿ ਇਹ ਤਾਂ ਮੈਨੂੰ ਬੋਰ ਕਰ ਰਹੇ ਆ ਬਜ਼ੁਰਗ ਇਸ ਟਾਈਮ ਬਿਲਕੁਲ ਜੀ ਅੱਜ ਦਾ ਬੱਚਾ ਕਿੱਦਾਂ ਤਿਆਰ ਕੀਤਾ ਜਾ ਰਿਹਾ ਕਿ ਇਹ ਜੀ ਡੀ ਪੀ ਦੇ ਵਿੱਚ ਇਕਨੋਮੀ ਦੇ ਵਿੱਚ ਕੀ ਹਿੱਸਾ ਪਾ ਸਕਦਾ ਹੈ ਉਸ ਹਿਸਾਬ ਨਾਲ ਇੱਕ ਮਸ਼ੀਨ ਤਿਆਰ ਕਰਨੀ ਹੈ ਆਈਟੀ ਦੇ ਸਬਜੈਕਟਸ ਨੂੰ ਬਹੁਤ ਪ੍ਰਮੋਟ ਕੀਤਾ ਜਾ ਰਿਹਾ ਹੈ ਹਿਮਨਿਟਿਸ ਦੇ ਸਬਜੈਕਟ ਨੂੰ ਕੋਈ ਪੁੱਛਦਾ ਹੀ ਨਹੀਂ ਕਾਰਨ ਕਹਿੰਦੇ ਜੀ ਕੋਈ ਫਿਊਚਰ ਨਹੀਂ ਹੈ ਫਿਊਚਰ ਕਿਵੇਂ ਹੋਏਗਾ ਜੇ ਤੁਸੀਂ ਉਹਦੇ ਵਾਸਤੇ ਮਾਹੌਲ ਬਣਾਓਗੇ ਜੇ ਤੁਸੀਂ ਮਾਹੌਲ ਬਣਾਇਆ ਹੀ ਨਹੀਂ ਤੁਸੀਂ ਸਿਰਫ ਮਸ਼ੀਨਾਂ ਵਾਸਤੇ ਮਾਹੌਲ ਬਣਾਇਆ ਕਿ ਐਸੇ ਇਨਸਾਨ ਚਾਹੀਦੇ ਨੇ ਜੋ ਮਸ਼ੀਨਾਂ ਵਾਸਤੇ ਮਸ਼ੀਨਾਂ ਵਰਗੇ ਕੰਮ ਕਰਨ ਤਾਂ ਫਿਰ ਇਨਸਾਨਾਂ ਦੀ ਲੋੜ ਹੀ ਨਹੀਂ ਮਸ਼ੀਨਾਂ ਹੀ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ ਤੁਹਾਨੂੰ ਚਾਹੀਦੇ ਨੇ ਗੁੱਡ ਵਰਕਰਸ ਚਾਹੇ ਉਹ ਵਾਈਟ ਕਾਲਰ ਜੌਬ ਹੈ ਚਾਹੇ ਬਲੂ ਕਾਲਰ ਜੌਬ ਹੈ ਕੋਈ ਵੀ ਤਰ੍ਹਾਂ ਦੀ ਜੌਬ ਹੈ ਤੁਹਾਨੂੰ ਚਾਹੀਦੇ ਨੇ ਗੁੱਡ ਵਰਕਰਸ ਜੋ ਤੁਹਾਡੇ ਹੁਕਮ ਦੇ ਮੁਤਾਬਿਕ ਕੰਮ ਕਰਦੇ ਜਾਣ ਤੁਹਾਨੂੰ ਅੱਗੋ ਸਵਾਲ ਪੁੱਛਣ ਵਾਲੇ ਬੰਦੇ ਚੰਗੇ ਨਹੀਂ ਲੱਗਦੇ ਜਿਹੜਾ ਵੀ ਅੱਗੋ ਸਵਾਲ ਪੁੱਛਦਾ ਹੈ ਕਿ ਜੇ ਤੁਸੀਂ ਇਹ ਪਾਲਿਸੀ ਲਿਆਂਦੇ ਕਿਉਂ ਲਿਆਂਦੀ ਜੇ ਤੁਸੀਂ ਇਹ ਕੰਮ ਕਰਨ ਜਾ ਰਹੇ ਹੋ ਕਿਉਂ ਕਰਨ ਜਾ ਰਹੇ ਹੋ ਜੇ ਕੋਈ ਅੱਗੋ ਸਵਾਲ ਕਰਦਾ ਹੈ ਤੁਹਾਨੂੰ ਪਸੰਦ ਨਹੀਂ ਆਂਦਾ ਕਿਉਂ ਨਹੀਂ ਪਸੰਦ ਆਂਦਾ ਇਸ ਕਰਕੇ ਪਸੰਦ ਨਹੀਂ ਆਂਦਾ ਕਿ ਉਹ ਤੁਹਾਡੀਆਂ ਕਮਜ਼ੋਰੀਆਂ ਦੇ ਉੱਤੇ ਉਂਗਲ ਤਰਦਾ ਉਹ ਕਹਿੰਦਾ ਹੈ ਕਿ ਇਹ ਚੀਜ਼ਾਂ ਤੁਸੀਂ ਨਵਾਂ ਕਰੋ ਤਾ ਜਾ ਕੇ ਸਿਸਟਮ ਠੀਕ ਹੋ ਸਕਦਾ ਪਰ ਤੁਹਾਨੂੰ ਚਾਹੀਦੇ ਨੇ ਮਸ਼ੀਨ ਮੈਨ ਜੋ ਬਸ ਫਟਾਫਟ ਨੋਟ ਛਾਪੀ ਜਾਣ ਹਿਮੈਨਿਟੀ ਜਿਹੜੀ ਹੈ ਉਹ ਇਨਸਾਨ ਦੇ ਗੁਣਾਂ ਨੂੰ ਜਾਗਰਿਤ ਕਰਦੀ ਹੈ ਜੋ ਉਹਦਾ ਸੈਂਸਿਟਿਵ ਪਾਰਟ ਹੈ ਨਾ ਕਿ ਉਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ ਇੱਕ ਇਨਸਾਨ ਦੂਸਰੇ ਇਨਸਾਨ ਨਾਲ ਲਗਾਵ ਕਰਦਾ ਹੈ ਇਸ ਚੀਜ਼ ਨੂੰ ਉਹ ਚੀਜ਼ ਉਜਾਗਰ ਕਰਦੀ ਹੈ ਤੇ ਇਹੀ ਸਮਾਜ ਨੂੰ ਅੱਗੇ ਲੈ ਕੇ ਤੁਰਦਾ ਹੈ ਔਰ ਉਸੇ ਨਾਤੇ ਇਹ ਪੁੱਛਦਾ ਹੈ ਕਿ ਜੇ ਕਿਸੇ ਹੋਰ ਇਨਸਾਨ ਤੇ ਜ਼ੁਲਮ ਹੋ ਰਿਹਾ ਤਾਂ ਕਿਉਂ ਹੋ ਰਿਹਾ ਹੈ ਪਰ ਜੇ ਹਿਮੈਨਿਟੀ ਨੂੰ ਤੁਸੀਂ ਖਤਮ ਕਰ ਦਿਓਗੇ ਹਿਮੈਨਿਟੀ ਮੀਨਸ ਮਾਨਵਤਾ ਇਨਸਾਨੀਅਤ ਕਿਸੇ ਇਨਸਾਨ ਦੇ ਗੁਣਾਂ ਨੂੰ ਖਤਮ ਕਰਕੇ ਉਹਨੂੰ ਮਸ਼ੀਨ ਬਣਾ ਦੇਓ ਤਾਂ ਦੱਸੋ ਫਿਰ ਕੀ ਰਿਜ਼ਲਟ ਹੋਏਗਾ ਗਨ ਕਲਚਰ ਹੀ ਹੋਏਗਾ ਨਾ ਹਰ ਥਾਂ ਦੇ ਉੱਤੇ ਔਰ ਕੋਈ ਕਿਸੇ ਦਾ ਦੋਸਤ ਨਹੀਂ ਕੋਈ ਕਿਸੇ ਦਾ ਮਿੱਤਰ ਨਹੀਂ ਨਾ ਨਾਨੀ ਵਾਸਤੇ ਕੋਈ ਥਾਂ ਨਹੀਂ ਮਮੀ ਪਾਪਾ ਵਾਸਤੇ ਕੋਈ ਥਾਂ ਨਹੀਂ ਦੋਸਤੀ ਵਾਸਤੇ ਕੋਈ ਥਾਂ ਨਹੀਂ ਸਿਰਫ ਮਨੀ 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 ਮੇਕਿੰਗ ਮਨੀ ਮੇਕਿੰਗ ਇਹ ਹੀ ਚੱਲਦੀ ਜਾ ਰਹੀ ਹੈ ਹੁਣ ਅਗਲੀ ਖਬਰ ਹੈ ਕਿ ਮੈਡਮ ਕੰਗਨਾ ਹਮੇਸ਼ਾ ਕੋਈ ਨਾ ਕੋਈ ਬਿਆਨ ਦੇ ਕੇ ਉਹ ਸੁਰਖੀਆਂ ਚੜਾਈਂ ਦੇ ਨੇ ਔਰ ਉਹਨਾਂ ਨੂੰ ਥਾਂ ਥਾਂ ਦੇ ਤਲਬ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਕੇਸੇਸ ਵੀ ਹੋ ਰਹੇ ਨੇ ਕ ਪਰ ਉਹ ਟਵੀਟ ਮਾਰਦਿਆਂ ਨੇ ਫਿਰ ਵੀ ਸੋਸ਼ਲ ਮੀਡੀਆ ਦੇ ਉੱਤੇ ਐਸਾ ਟਵੀਟ ਮਾਰਦੇ ਨੇ ਕਿ ਸਭ ਤੋਂ ਚਾਰੋਂ ਖਾਨੇ ਚਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਗਲਤ ਗੱਲ ਜੋ ਹੁੰਦੀ ਹੈ ਉਹ ਤਾਂ ਗਲਤੀ ਹੁੰਦੀ ਹੈ ਬਿਲਕੁਲ ਔਰ ਇਸ ਵਾਰੀ ਉਹਨਾਂ ਨੇ ਸਿੱਖ ਕਮਿਊਨਿਟੀ ਦੇ ਉੱਤੇ ਟਿੱਪਣੀ ਕੀਤੀ ਹੈ ਔਰ ਇੰਦਰਾ ਗਾਂਧੀ ਨੂੰ ਵਿੱਚ ਲੈ ਕੇ ਸਿੱਖਾਂ ਨੂੰ ਮੱਛਰ ਤੱਕ ਕਿਹਾ ਕੰਗਨਾ ਰਣੌਤ ਨੇ ਸੋ ਤੁਹਾਨੂੰ ਸਾਡਾ ਸੰਵਿਧਾਨ ਇਹ ਹੱਕ ਨਹੀਂ ਦਿੰਦਾ ਕਿ ਤੁਸੀਂ ਕਿਸੇ ਦੇ ਉੱਤੇ ਇੱਕ ਨਿਜੀ ਹਮਲਾ ਕਰੋ ਕਿਸੇ ਵੀ ਧਰਮ ਦੇ ਉੱਤੇ ਕਿਸੇ ਵੀ ਜਾਤ ਦੇ ਉੱਤੇ ਸੋ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਵੀ ਉਹਨਾਂ ਨੇ ਬੜੇ ਬੇਵਾਖ ਹੋ ਕੇ ਪਾਈ ਹੈ ਕਿ ਮੈਂ ਆਪਣੀ ਗ੍ਰਿਫਤਾਰੀ ਦੀ ਉਡੀਕ ਕਰ ਰਹੀ ਹਾਂ ਤਾਂ ਮਨਜਿੰਦਰ ਸਿੰਘ ਸਰਸਾ ਹੋਣਾ ਨੇ ਵੀ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਇੱਕ ਦੋ ਜਣਿਆਂ ਨੇ ਹੋਰ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਹੈ ਅੱਗੇ ਪਹਿਲਾਂ ਉਹਨਾਂ ਦੇ ਖਿਲਾਫ ਪਤਾ ਨਹੀਂ ਇੱਕ ਆਪਣੇ ਯਾਰ ਜਦ ਤੁਹਾਨੂੰ ਪੰਜਾਬ ਦੇ ਬੇਬੇ ਸੀ ਉਹਨਾਂ ਨੇ ਵੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਹੋਇਆ ਹੈ ਪਤਾ ਨਹੀਂ ਕਿੰਨੇ ਕੇਸ ਉਹਨਾਂ ਦੇ ਖਿਲਾਫ ਚੱਲ ਰਹੇ ਨੇ ਕੋਈ ਵੀ ਇਨਸਾਨ ਇੰਨਾ ਬੇਵਕੂਫ ਨਹੀਂ ਹੁੰਦਾ ਕਿ ਉਹਨੂੰ ਇਹ ਨਾ ਪਤਾ ਹੋਵੇ ਕਿ ਜੇ ਮੈਂ ਇਹੇ ਬੋਲਿਆ ਜਿਹੜਾ ਇਸ ਪੋਜੀਸ਼ਨ ਤੇ ਹੋਵੇ ਜਿੱਥੇ ਕੰਗਨਾ ਆਂ ਜੇ ਮੈਂ ਇਹ ਬੋਲਿਆ ਤਾਂ ਮੈਂ ਫਸ ਸਕਦਾ ਆ ਜਾਂ ਮੈਂ ਫਸ ਸਕਦੀ ਆ ਠੀਕ ਹੈ ਇਹ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਜਾਂ ਉਹਨਾਂ ਤੋਂ ਕਰਾਇਆ ਜਾਂਦਾ ਹੈ ਇਹ ਇਹ ਜ਼ਰੂਰ ਇੱਕ ਸਵਾਲ ਬਣਿਆ ਹੋਇਆ ਹੈ ਕਿ ਕੀਤਾ ਜਾਂਦਾ ਹੈ ਜਾਂ ਕਰਾਇਆ ਜਾਂਦਾ ਸੋ ਕੰਗਨਾ ਰਣੌਤ ਨੇ ਜਿਹੜੀ ਇਹ ਸ਼ਬਦਾਬਲੀ ਵਰਤੀ ਹੈ ਇਹ ਕਦੇ ਵੀ ਮਾਫ ਕਰਨ ਯੋਗ ਨਹੀਂ ਹੈ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਸਾਡਾ ਸੰਵਿਧਾਨ ਆਗਿਆ ਨਹੀਂ ਦਿੰਦਾ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਮਚਾਉਣਾ ਔਰ ਉਹਨਾਂ ਲੋਕਾਂ ਨੂੰ ਤੁਸੀਂ ਇਦਾਂ ਕਹਿ ਰਹੇ ਹੋ ਜਿਨ੍ਹਾਂ ਦੀ ਬਦੌਲਤ ਦੁਨੀਆ ਦੇ ਕੋਨੇ-ਕੋਨੇ ਤੇ ਲੰਗਰ ਚੱਲਦੇ ਆ ਦੋਖਿਆਂ ਦੇ ਪੇਟ ਭਰੇ ਜਾਂਦੇ ਆ ਦਸਵੰਜ ਗੱਡੇ ਜਾਂਦੇ ਆ ਮੁਸ਼ਕਿਲ ਵੇਲੇ ਉਹਨਾਂ ਨੂੰ ਮੋਰੇ ਕੱਢਿਆ ਜਾਂਦਾ ਹਿਸਟਰੀ ਦੇ ਵਿੱਚ ਉਹਨਡੀਆਂ ਕਿੰਨੀਆਂ ਕੁਰਬਾਨੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਚੱਲੀ ਹੈ ਤਾਂ ਮਹਾਤਮਾ ਗਾਂਧੀ ਹੋਣਾ ਬਾਰੇ ਵੀ ਕੰਗਨਰ ਨੌਥ ਨੇ ਟਿੱਪਣੀ ਕਰ ਦਿੱਤੀ ਹੈ ਸੋ ਹਰ ਕਿਸੇ ਦੇ ਉੱਤੇ ਉਹ ਟਿੱਪਣੀ ਕਰ ਰਹੇ ਨੇ ਬਾਰ-ਬਾਰ ਲਾਈਵ ਹੁੰਦੇ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਚਾਹੇ ਉਹ ਕੋਈ ਵੀ ਸੋਸ਼ਲ ਪਲੇਟਫਾਰਮ ਹੈ ਉਸਦੇ ਉੱਤੇ ਦਿਖਾਉਂਦੇ ਨੇ ਕਿ ਮੈਨੂੰ ਮੈਂਟਲੀ ਹਰਾਸ ਕੀਤਾ ਗਿਆ ਮੇਰੇ ਤੇ ਇਨੇ ਕੇਸ ਚੱਲ ਰਹੇ ਆ ਹਨਾ ਕਿੰਨੇ ਜ਼ਿਆਦਾ ਉਹਨਾਂ ਤੇ ਕੇਸ ਕਿਉਂ ਚੱਲ ਰਹੇ ਸੋ ਜਾਬੇ ਦਫਤਰ ਹੋਣੀ ਹੈ ਜਿਹੜੇ ਉਹਨਾਂ ਨੇ ਵੀ ਮਤਲਬ ਕਿ ਕੇਸ ਸ਼ੁਰੂ ਕੀਤਾ ਹੋਇਆ ਇੱਕ ਕੰਗਨਾ ਦੇ ਨਾਲ ਉਹ ਉਦੋਂ ਵੀ ਨਹੀਂ ਪੇਸ਼ ਹੋਈ ਸੋ ਜਿਹੜੇ ਜਿੰਨੇ ਜ਼ਿਆਦਾ ਗੋਲਬਾਲ ਹੋ ਗਏ ਨਾ ਕੰਗਨਾ ਉੰਨੀ ਕਨਫਿਊਜ਼ ਹੋ ਗਈ ਹੈ ਪਤਾ ਨਹੀਂ ਸਮਝ ਨਹੀਂ ਆਉਂਦੀ ਕਿ ਇੱਕ ਬੰਦਾ ਐਦਾਂ ਦੀਆਂ ਸਟੇਟਮੈਂਟਸ ਕਿਉਂ ਦੇ ਰਿਹਾ ਜਾਂ ਤਾਂ ਉਹਦੀ ਬੈਕ ਬਹੁਤ ਤਕੜੀ ਹੈ ਪਿੱਛੇ ਬਹੁਤ ਵੱਡਾ ਹੱਥ ਹੈ ਸ਼ੈ ਹੈ ਕਿਸੇ ਦੀ ਜਾਂ ਫਿਰ ਉਹ ਬੰਦਾ ਸੋਚ ਸਮਝ ਕੇ ਕੋਈ ਗੱਲ ਕਰ ਰਿਹਾ ਕਿਉਂਕਿ ਹੁਣ ਜਿਹੜੀ ਪਾਇਲ ਹੈ ਨਾ ਉਹ ਵੀ ਇੱਕ ਅਦਾਕਾਰਾ ਹੈ ਉਹ ਵੀ ਇਦਾਂ ਦੇ ਬਿਆਨ ਦਿੰਦੀ ਹੈ ਤਾਂ ਸ਼ਰਿਆਮ ਬਹੁਤ ਗਲਤ ਬੋਲਦੀ ਹੈ ਲਾਈਵ ਹੋ ਕੇ ਉਹਨੂੰ ਕੋਈ ਬਾਦਰ ਨਹੀਂ ਕਰਦਾ ਕਿਉਂਕਿ ਪਤਾ ਲੱਗਦਾ ਹੈ ਕਿ ਇਹ ਵੀ ਪਬਲਿਸਿਟੀ ਹਾਸਲ ਕਰਨ ਦੇ ਲਈ ਇਹ ਕੁਝ ਕਰ ਰਹੀ ਹੈ ਕੰਗਨਾ ਦੇ ਕੋਲ ਆਲਰੇਡੀ ਪਬਲਿਸਿਟੀ ਹੈ ਉਹਨੂੰ ਜ਼ਰੂਰਤ ਨਹੀਂ ਇਹ ਕੰਮ ਜਾਣ ਕੇ ਕਰਨ ਦੀ ਹੈ ਨਾ ਤੇ ਜੇ ਜਾਣ ਕੇ ਕਰਦੀ ਵੀ ਮਤਲਬ ਕਿਤੇ ਨਾ ਕਿਤੇ ਤੇ ਪਿੱਛੇ ਕੋਈ ਬਹੁਤ ਡੂੰਗਾ ਰਾਜ਼ ਕਦੇ-ਕਦੇ ਮੈਨੂੰ ਲੱਗਦਾ ਹੈ ਬਿਲਕੁਲ ਕੋਈ ਵੀ ਰਾਜ਼ ਹੋ ਸਕਦਾ ਹੈ ਮੈਂ ਉਹ ਹੀ ਕਹਿ ਰਹੀ ਹਾਂ ਜਾਂ ਤਾਂ ਕਿਸੇ ਦੀ ਬਹੁਤ ਵੱਡੀ ਸ਼ੈ ਹੈ ਪਿੱਛੇ ਜਾਂ ਫਿਰ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਮੈਂ ਕੀ ਕਹਿ ਰਹੀ ਹਾਂ ਕਿ ਤੇ ਕੀ ਨਹੀਂ ਕਹਿ ਰਹੀ ਕਿਉਂਕਿ ਜਦੋਂ ਵੀ ਦੇਖੋ ਕੋਈ ਨਾ ਕੋਈ ਗਲਤ ਬਿਆਨ ਉਹ ਹਿਸਟਰੀ ਹੈ ਟਰੈਕ ਹੈ ਇਹਨਾਂ ਦਾ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਐਸਾ ਬਿਆਨ ਹੋਏਗਾ ਜੋ ਦੂਜੇ ਨੂੰ ਤਕਲੀਫ ਦੇਗਾ ਔਰ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਬਾਣੀ ਬੋਲਣੀ ਚਾਹੀਦੀ ਹੈ ਕਿ ਆਪਣੇ ਆਪ ਵੀ ਤੁਹਾਨੂੰ ਠੰਡ ਪਾਵੇ ਤੇ ਜਿਹੜਾ ਤੁਹਾਨੂੰ ਸੁਣੇ ਉਹ ਵੀ ਠੰਡ ਪਾਵੇ ਹੁਣ ਇੱਧੇ ਚ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਗੱਲ ਸਾਹਮਣੇ ਵਾਲੇ ਨੂੰ ਤਕਲੀਫ ਦਿੰਦੀ ਹੈ ਪਹਿਲਾਂ ਤਾਂ ਇਹ ਆਪ ਉਸ ਤਕਲੀਫ ਚੋਂ ਨਿਕਲਦੇ ਹੋਣਗੇ ਕਿਉਂਕਿ ਆਪ ਨਹੀਂ ਸ਼ਾਂਤ ਰਹਿੰਦੇ ਹੋਣਗੇ ਚੈਨ ਤੁਹਾਣੀ ਹੋਏਗਾ ਜੇ ਇਦਾਂ ਦੀਆਂ ਗੱਲਾਂ ਤੁਹਾਡੇ ਅੰਦਰ ਆਉਂਦੀਆਂ ਨੇ ਪਤਾ ਨਹੀਂ ਤੁਸੀਂ ਕਿੰਨਾ ਕੁ ਸੋਚਦੇ ਹੋ ਕਿੰਨਾ ਕੁ ਸੋਚਣ ਤੋਂ ਬਾਅਦ ਤੁਸੀਂ ਗੱਲ ਟਵੀਟ ਦੇ ਰੂਪ ਤੇ ਤਿਆਰ ਕਰਦੇ ਹੋ ਫਿਰ ਤੁਸੀਂ ਟਵੀਟ ਮਾਰਦੇ ਹੋ ਤੁਸੀਂ ਦੇਖੋ ਤੁਸੀਂ ਆਪਣੀ ਲਾਈਫ ਦਾ ਕੀ ਹਾਲ ਕਰ ਰਹੇ ਹੋ ਤੁਸੀਂ ਆਪਣੀ ਸੋਚ ਦਾ ਕੀ ਹਾਲ ਕਰ ਰਹੇ ਹੋ ਤੁਸੀਂ ਅੰਦਰੋਂ ਕਿੰਨੇ 네ਗੇਟਿਵ ਹੋ ਚੁੱਕੇ ਹੋ ਠੀਕ ਹੈ ਨਾ ਯੂ ਆਰ ਵੇਸਟਿੰਗ ਯੂਰ ਲਾਈਫ ਮਨਜਿੰਦਰ ਸਿੰਘ ਸਰਸਾ ਹੋਣਾ ਨੇ ਕੰਗਣਾ ਰਣੋਤ ਨੂੰ ਨਫ਼ਰਤ ਦੀ ਫੈਕਟਰੀ ਗਿਆ ਸੋ ਜਿਹੜਾ ਬੰਦਾ ਇੰਨੀ ਨਫ਼ਰਤ ਦੇ ਨਾਲ ਭਰਿਆ ਹੋਇਆ ਜਿਹਦੇ ਅੰਦਰ ਇੰਨੀ 네ਗੇਟਿਵਿਟੀ ਭਰ ਗਿਆ ਕਿ ਹਰੇਕ ਬੰਦੇ ਨੂੰ ਦੇਖ ਕੇ ਖਿਜੀ ਜਾਣਾ ਹਰੇਕ ਬੰਦੇ ਦੇ ਵਿੱਚ ਕਸੂਰ ਕੱਢੀ ਜਾਣਾ ਉਹ ਅੰਦਰੋਂ ਆਪ ਕਿੰਨਾ ਦੋਗਲਾ ਹੈ ਤੇ ਆਪ ਅੰਦਰੋਂ ਕਿੰਨਾ 네ਗੇਟਿਵ ਹੈ ਬਿਲਕੁਲ ਜੀ ਉਹਨੂੰ ਕਾਉਂਸਲਿੰਗ ਜਿਦੋਂ ਉਹ ਕਹਿੰਦੇ ਹਨ ਗੈਟ ਵੈਲ ਸੂਨ ਉਹਨਾਂ ਫੁੱਲ ਭੇਜੋ ਉਹ ਵਾਲੀ ਸਿਚੁਏਸ਼ਨ ਲੱਗਦੀ ਹੈ ਕਈ ਵਾਰ ਕਿਉਂ ਇੱਕ ਬੰਦਾ ਇੰਨਾ ਨੈਗੇਟਿਵ ਕਿਉਂ ਹੈ ਜਾਂ ਤਾਂ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਆਜ਼ਾਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਜ਼ਿਆਦਾ ਤਲਖੀਆਂ ਨੇ ਕਿ ਉਹ ਬਰਦਾਸ਼ਤ ਨਹੀਂ ਹੁੰਦੀਆਂ ਐਂਡ ਉਹ ਇਸ ਰੂਪ ਦੇ ਵਿੱਚ ਬਾਹਰ ਆਉਂਦੀਆਂ ਨੇ ਕਿ ਉਹ ਕਿਸੇ ਵੀ ਇਨਸਾਨ ਨੂੰ ਟਾਰਗੇਟ ਕਰਕੇ ਉਹਦੇ ਖਿਲਾਫ बोल देने या फिर दूसरा उन्होंने कोई सपोर्ट है कोई उन्होंने तो करवा रहा है दो ये दो ही चीज आने जे सपोर्ट है तावे गलत है क्यों इनानु इस्तेमाल ਕੀਤਾ ਜਾ ਰਿਹਾ ਇੱਕ ਟਾਈਮ ਤੇ ਆ ਕੇ ਇਹ ਚੀਜ਼ ਇਨਾ ਵਾਸਤੇ ਖਤਰਨਾਕ ਹੋ ਸਕਦੀ ਹੈ ਦੂਜੀ ਗੱਲ ਜੇ ਕਿਸੇ ਦੀ سپورਟ ਨਹੀਂ ਹੈ ਤੇ ਖੁਦ ਹੀ ਅਦਰੋਂ ਇਦਾਂ ਦੇ ਹੋ ਗਏ ਨੇ ਤਾਂ ਇਟ ਇਜ਼ ਵੈਰੀ ਰੋਂਗ ਇਨਾ ਨੂੰ ਇੱਕ ਕਾਉਂਸਲਿੰਗ ਦੀ ਲੋੜ ਹੈ ਕਿਉਂਕਿ ਇਨਾ ਨੈਗੇਟਿਵ ਬੰਦਾ ਇਨਾ ਨੈਗੇਟਿਵ ਬੰਦਾ ਖੁਦ ਆਪਣੇ ਆਪ ਦਾ ਦੁਸ਼ਮਣ ਬਣ ਜਾਂਦਾ ਹੈ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਪਾਕਿਸਤਾਨ ਦੇ ਲਈ 17 ਨਵੰਬਰ ਨੂੰ ਜੱਥਾ ਰਵਾਨਾ ਹੋਇਆ ਸੀ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਉਹ ਜੱਥਾ ਕੱਲ ਵਾਪਸ ਆ ਚੁੱਕਿਆ ਹੈ ਉਸ ਜੱਥੇ ਨੇ ਕੁਝ ਸਵਾਲ ਚੁੱਕੇ ਨੇ ਪਾਕਿਸਤਾਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਕੱਲਾਂ ਕਹੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਉੱਥੇ ਉਹਨਾਂ ਨੂੰ ਰਹਿਣ ਦੇ ਵਿੱਚ ਥੋੜੀ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕੁਝ ਵਾਸ਼ਰੂਮ ਸਾਫ਼ ਨਹੀਂ ਸਨ ਕੁਝ ਰਹਿਣ ਦੇ ਲਈ ਪ੍ਰੋਬਲਮਜ਼ ਆਈਆਂ ਬਾਕੀ ਜਿਹੜਾ ਸਫ਼ਰ ਹੈ ਉਹ ਬੱਸ ਦੀ ਜਗ੍ਹਾ ਟ੍ਰੇਨ ਦਾ ਸ਼ੁਰੂ ਕੀਤਾ ਜਾਵੇ ਕਿਉਂਕਿ ਬੱਸ ਦੇ ਵਿੱਚ 12 ਘੰਟੇ ਲੱਗੇ ਆ ਉਹਨਾਂ ਨੂੰ ਤੇ ਟ੍ਰੇਨ ਦੇ ਵਿੱਚ 4 ਘੰਟੇ ਲੱਗਣੇ ਸੀ ਸੋ ਕੁਝ ਦਿੱਕਤਾਂ ਸਾਹਮਣੇ ਆਈਆਂ ਨੇ ਬਹੁਤ ਵੱਡੀ ਦਿੱਕਤ ਹੈ 8 ਘੰਟੇ ਜ਼ਿਆਦਾ ਲੱਗੇ ਨੇ ਔਰ ਕਈ ਐਸੇ ਵੀ ਨੇ ਜਿਨ੍ਹਾਂ ਨੂੰ ਬੱਸ ਦਾ ਸਫ਼ਰ ਮਾਫਕ ਨਹੀਂ ਹੈ ਦੀਜ਼ੇ ਚੜਨ ਦੀ ਪ੍ਰੋਬਲਮ ਹੈ ਕਈ ਨੂੰ ਵੋਮਿਟਿੰਗ ਹੋ ਜਾਂਦੀ ਹੈ ਬਜ਼ੁਰਗ ਜਦੋਂ ਜਾਂਦੇ ਨੇ ਖਾਸ ਕਰਕੇ ਔਰ ਥਕਾ ਦੇਣ ਵਾਲਾ ਹੁੰਦਾ ਹੈ বাস ਦਾ ਸਫਰ ਔਰ ਟ੍ਰੇਨ ਦਾ ਸਫਰ ਤੁਸੀਂ ਕੰਫਰਟੇਬਲ ਹੋ ਲੇਟ ਵੀ ਸਕਦੇ ਹੋ ਬੱਸ ਵਿੱਚ ਐਸੀ ਕੋਈ ਸੁਵਿਧਾ ਹੁੰਦੀ ਨਹੀਂ ਤੁਹਾਡੇ ਕੋਲ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਟ੍ਰੇਨ ਦਾ ਸਫਰ ਜ਼ਿਆਦਾ ਵਧੀਆ ਰਹਿੰਦਾ ਹੈ ਉਦੇ ਤੁਸੀਂ ਖਾ ਪੀ ਵੀ ਸਕਦੇ ਹੋ ਨਾਲ ਵੀ ਕੁਝ ਇਟੇਬਲਸ ਲੈ ਕੇ ਜਾ ਸਕਦੇ ਹੋ ਕਈ ਲੋਕ ਬੱਸ ਦੇ ਵਿੱਚ ਖਾ ਪੀ ਵੀ ਨਹੀਂ ਸਕਦੇ ਉਹੀ ਜਿਸ ਦਾ ਵੋਮITING ਦੀ ਪ੍ਰੋਬਲਮ ਡੀਜ਼ਲ ਚੜਨਾ ਸੋ ਮੈਡੀਕਲ ਪ੍ਰੋਬਲਮਸ ਵੀ ਹੈਗੀਆਂ ਨੇ ਦੂਸਰਾ ਉੱਥੇ ਰਹਾਇਸ਼ ਵਾਸਤੇ ਉਹਨਾਂ ਨੂੰ ਸਮੱਸਿਆ ਆਏ ਐਕਚੁਅਲੀ ਇੱਕ ਬੰਦਾ ਜਾਂਦਾ ਹੈ ਅ ਗੁਰੂ ਘਰ ਤਾਂ ਤੇ ਗਿਆ ਹੈ ਖੁਸ਼ੀ ਖੁਸ਼ੀ ਗਿਆ ਹੈ ਔਰ ਉੱਥੇ ਜਾ ਕੇ ਜੇ ਇਹ ਬਾਥਰੂਮ ਦੀ ਸਮੱਸਿਆ ਰਹਿਣ ਦੀ ਸਮੱਸਿਆ ਆਵੇ ਉਹਦਾ ਮੂਡ ਕਿੰਨਾ ਆਫ ਹੋਏਗਾ ਉਹਦਾ ਧਿਆਨ ਕਿਉਂਕਿ ਜਦੋਂ ਵੀ ਕੋਈ ਬੰਦਾ ਐਸੀ ਯਾਤਰਾ ਤੇ ਜਾਂਦਾ ਹੈ ਨਾ ਹਮੇਸ਼ਾ ਵਾਹਿਗੁਰੂ 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 ਨਾਮ ਹੀ ਜਪਦਾ ਜਾਏਗਾ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਕਿੱਥੇ ਚੱਲਿਆ ਪਰ ਜਦੋਂ ਜਾ ਕੇ ਕੋਈ ਦਿੱਕਤ ਹੁੰਦੀ ਹੈ ਉਹਨੂੰ ਲੱਗਦਾ ਕਿ ਮੇਰੇ ਸਿਮਰਨ ਦੇ ਵਿੱਚ ਨਾ ਕੋਈ ਨਾ ਕੋਈ ਵਿਗਨ ਪੈ ਰਿਹਾ ਕੋਈ ਨਾ ਕੋਈ ਵਾਧਾ ਪੈ ਰਹੀ ਹੈ ਉਹ ਵਾਧਾ ਉਹਨੂੰ ਚੰਗਾ ਨਹੀਂ ਲੱਗਦਾ ਉਹ ਵਿਗਨ ਉਹਨੂੰ ਚੰਗਾ ਨਹੀਂ ਲੱਗਦਾ ਇੱਕ ਤਾਂ ਇਹ ਕਾਰਨ ਤਉ ਉਹਦੇ ਵਾਸਤੇ ਸਹੀ ਇੰਤਜ਼ਾਮ ਹੋਣੇ ਚਾਹੀਦੇ ਨੇ ਕਿਉਂਕਿ ਉਹ ਪੈਸੇ ਖਰਚ ਕੇ ਆ ਰਹੇ ਨੇ ਬੜੀ ਉਮੀਦ ਨਾਲ ਆ ਰਹੇ ਨੇ ਤੇ ਜੇ ਉਹਨਾਂ ਨੂੰ ਰਹਿਣ ਦੀ ਜਗ੍ਹਾ ਤੇ ਵਾਸ਼ਰੂਮ ਵੀ ਸਹੀ ਤਰੀਕੇ ਨਾਲ ਨਾ ਮਿਲਣ ਜੋ ਮੋਢਲੀ ਲੋਡ ਹੈ ਇਨਸਾਨ ਦੀ ਤਾਂ ਜ਼ਾਹਿਰ ਤੌਰ ਤੇ ਉਹਨਾਂ ਨੇ ਸ਼ਿਕਾਇਤ ਵੀ ਕਰਨੀ ਹੈ ਤੇ ਉਹਨਾਂ ਨੂੰ ਦੁੱਖ ਵੀ ਹੋਣਾ ਹੈ ਬਿਲਕੁਲ ਤੇ ਹੁਣ ਸਾਡੀਆਂ ਖਬਰਾਂ ਇੱਥੇ ਖਤਮ ਹੁੰਦੀਆਂ ਨੇ ਉਮੀਦ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਕਿ ਤੁਸੀਂ ਸਾਡਾ YouTube ਚੈਨਲ ਪੰਜਾਬ ਮੇਲ ਯੂਸੀਟੀਵੀ ਜ਼ਰੂਰ ਸਬਸਕ੍ਰਾਈਬ ਕਰੋਗੇ ਹੋਰ ਬਹੁਤ ਸਾਰੀਆਂ ਖਬਰਾਂ ਤੁਹਾਨੂੰ ਉਥੇ ਮਿਲ ਜਾਣਗੀਆਂ ਪਰ ਫਿਲਹਾਲ ਅੱਜ ਦੇ ਲਈ ਪ੍ਰੋਗਰਾਮ ਕ੍ਰਾਂਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਬਸ ਐਨ ਆਈ ਮੈਨੂ ਬਾਰੂਨ ਕਾਡਮਾਨ ਨੂੰ ਤੇ ਮੈਨੂੰ ਸੰਜੀਵ ਯਸ਼ ਖੰਨਾ ਨੂੰ ਦੇ ਹੋਈ ਇਜਾਜ਼ਤ ਸਵਾਗਤ ਹੈ